ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਰੂ ਕਰਦੇ ਹਾਂ ਸਰਦਾਰ ਦਰਬਾਰਾ ਸਿੰਘ ਦਾ ਦੇਹਾਂਤ। ਸੰਨ 1734 ਈਸਵੀ ਵਿੱਚ ਦੀਵਾਨ ਦਰਬਾਰਾ ਸਿੰਘ ਜੀ ਚਲਾਣਾ ਕਰ ਗਏ ਤਾਂ ਖਾਲਸਾ ਦਲਾਂ ਦੀ ਸਾਰੀ ਜ਼ਿੰਮੇਵਾਰੀ ਨਵਾਬ ਕਪੂਰ ਸਿੰਘ ਜੀ ਪਰ ਆ ਪਈ। ਇਸ ਵੇਲੇ ਦੋਵੇਂ ਦਲ ਅੰਮ੍ਰਿਤਸਰ ਇਕੱਠੇ ਹੋਣ ਕਰਕੇ ਜਾਗੀਰ ਦੀ ਆਮਦਨੀ ਅਤੇ ਦਰਬਾਰ ਸਾਹਿਬ ਦੀ ਨਜ਼ਰ ਭੇਟ ਨਾਲ ਲੰਗਰ ਦਾ ਖਰਚ ਚੱਲਣਾ ਔਖਾ ਸੀ। ਅਮਨ ਅਮਾਨ ਦਾ ਵੇਲਾ ਹੋਣ ਕਰਕੇ ਬਹੁਤੇ ਸਿੰਘਾਂ ਅਤੇ ਜਥਿਆਂ ਦੀ ਇੱਥੇ ਲੋੜ ਵੀ ਨਹੀਂ ਸੀ। ਇਸ ਲਈ ਤਰੁਣਾ ਦਲ ਦੇ ਸਿੰਘ ਕੁਝ ਤਾਂ ਪਿੰਡਾਂ ਨੂੰ ਚਲੇ ਗਏ ਅਤੇ ਖੇਤੀਬਾੜੀ ਵਿੱਚ ਰੁੱਝ ਗਏ ਅਤੇ ਕੁਝ ਆਪਣੇ ਜਥਿਆਂ ਨਾਲ ਪ੍ਰਚਾਰ ਲਈ ਦੇਸ਼ ਵਿੱਚ ਥਾਂ ਥਾਂ ਖਿੰਡ ਗਏ। ਇਸ ਵੇਲੇ ਮਾਲਵੇ ਵਿੱਚ ਫੂਲ ਕੇ ਸਰਦਾਰ ਵੀ ਆਪਣੇ ਪੈਰ ਪਸਾਰ ਰਹੇ ਸਨ ਅਤੇ ਲੋੜ ਪੈਣ ਪਰ ਖਾਲਸਾ ਦਲ ਵੱਲੋਂ ਸਹਾਇਤਾ ਦੀ ਆਸ ਨਾਲ ਪੱਟੀਆਂ, ਡੋਗਰਾ ਅਤੇ ਰਾਜਪੂਤਾਂ ਨਾਲ ਲੋਹਾ ਲੈ ਰਹੇ ਅਤੇ ਮੱਲਾਂ ਮਾਰ ਰਹੇ ਸਨ। ਜਦ ਤੋਂ ਸੰਮਤ 1799 ਸੰਨ 1732 ਈਸਵੀ ਵਿੱਚ ਸਰਦਾਰ ਆਲਾ ਸਿੰਘ ਫੂਲਕੇ ਦੀ ਬਰਨਾਲੇ ਵਿੱਚ ਸਹਾਇਤਾ ਕਰਕੇ ਖਾਲਸਾ ਦਲ ਨੇ ਮੰਜ ਰਾਜਪੂਤਾਂ ਦੀ ਭਾਰੀ ਜਮੀਅਤ ਅਤੇ ਜਲੰਧਰ ਦੇ ਫੌਜਦਾਰ ਅਸਦ ਅਲੀ ਅਤੇ ਮਲੇਰਕੋਟਲੇ ਦੇ ਨਵਾਬ ਜਮਾਲ ਖਾਨ ਦੀ ਮਿਲਵੀ ਫੌਜ ਨੂੰ ਸੱਟ ਮਾਰੀ ਸੀ ਤਾਂ ਇੱਧਰ ਖਾਲਸਾ ਦਲ ਦੀ ਧਾਕ ਬਹਿ ਗਈ ਸੀ ਅਤੇ ਪੱਟੀ, ਡੋਗਰ ਆਦਿ ਉਹਨਾਂ ਤੋਂ ਭੈ ਖਾਣ ਲੱਗ ਪਏ ਸਨ। ਇਸੇ ਖਿਆਲ ਨਾਲ ਖਾਲਸਾ ਦਲ ਕਈ ਵਾਰੀ ਇੱਧਰ ਹਾਂਸੀ ਹਿਸਾਰ ਤੱਕ ਜਾ ਫੇਰਾ ਪਾਉਂਦਾ ਸੀ ਅਤੇ ਇਸ ਵੇਲੇ ਕੁਝ ਜਥੇ ਇੱਧਰ ਆ ਗਏ ਹੋਏ ਸਨ। ਜਾਗੀਰ ਦੀ ਜ਼ਬਤੀ ਅਤੇ ਸਖਤੀ। ਇਸ ਤਰ੍ਹਾਂ ਸਿੰਘਾਂ ਨੂੰ ਖਿੰਡੇ ਹੋਏ ਦੇਖ ਕੇ ਜ਼ਕਰੀਆ ਖਾਨ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਦੀ ਨੀਅਤ ਬਦਲ ਗਈ ਅਤੇ ਉਸ ਨੂੰ ਖਿਆਲ ਪੈਦਾ ਹੋਇਆ ਕਿ ਸਿੰਘਾਂ ਦੀ ਵੱਧ ਰਹੀ ਤਾਕਤ ਨੂੰ ਸੱਟ ਮਾਰਨ ਅਤੇ ਇਹਨਾਂ ਨੂੰ ਖਤਮ ਕਰਨ ਦਾ ਹੁਣ ਮੌਕਾ ਬਣ ਗਿਆ ਹੈ, ਜਿਸ ਦੀ ਕਿ ਉਹ ਤਾੜ ਵਿੱਚ ਸੀ ਅਤੇ ਜਿਸ ਲਈ ਉਹਨਾਂ ਨੂੰ ਜਾਗੀਰ ਅਤੇ ਪਦਵੀਆਂ ਦੇ ਕੇ ਸੁਸਤ ਅਤੇ ਅਵੇਸਲਾ ਕਰਨ ਦੀ ਵਿਉਂਤ ਬਣਾਈ ਗਈ ਸੀ। ਇਸ ਲਈ ਉਸਨੇ ਇਹ ਕਹਿ ਕੇ ਸੰਨ 1735 ਈਸਵੀ ਵਿੱਚ ਜਾਗੀਰ ਜ਼ਬਤ ਕਰ ਲਈ ਕਿ ਹੁਣ ਅਮਨ ਅਮਾਨ ਹੋ ਗਿਆ ਹੈ, ਸਿੰਘ ਪਿੰਡਾਂ ਵਿੱਚ ਖੇਤੀਆਂ ਕਰਕੇ ਗੁਜ਼ਾਰਾ ਕਰਨ ਅਤੇ ਨਵਾਬ ਕਪੂਰ ਸਿੰਘ ਨੂੰ ਲਿਖ ਭੇਜਿਆ ਕਿ ਜਿਸ ਸਿੰਘ ਨੂੰ ਇੱਛਿਆ ਹੋਵੇ ਸੋ ਸਰਕਾਰੀ ਨੌਕਰੀ ਕਰ ਲਵੇ। ਨਵਾਬ ਸਾਹਿਬ ਨੇ ਉੱਤਰ ਲਿਖ ਭੇਜਿਆ ਕਿ ਸਿੰਘਾਂ ਨੂੰ ਤੁਹਾਡੀ ਤਾਬੇਦਾਰੀ ਮਨਜ਼ੂਰ ਨਹੀਂ, ਪਰ ਜੇ ਤੁਹਾਨੂੰ ਕੋਈ ਮੁਹਿੰਮ ਆਪੋ ਤਾਂ ਖਾਲਸਾ ਮਦਦ ਕਰਨ ਨੂੰ ਤਿਆਰ ਹੈ। ਹੁਣ ਜੋ ਤੁਸੀਂ ਆਪਣੇ ਕਿੱਤੇ ਕੋਲਾਂ ਕਰਾਰਾਂ ਤੋਂ ਝੂਠੇ ਪੈ ਕੇ ਆਨੇ ਬਹਾਨੇ ਨਾਲ ਜਾਗੀਰ ਬੰਦ ਕਰ ਰਹੇ ਹੋ, ਇਸ ਤੋਂ ਮੁੜ ਪੈਦਾ ਹੋਈ ਬਦ ਅਮਨੀ ਦੀ ਸਾਰੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਹੋਵੇਗੀ। ਖਾਲਸਾ ਆਪਣੇ ਬਚਨ ਪਰ ਕਾਇਮ ਹੈ, ਪਰ ਜੇ ਤੁਹਾਡੇ ਵੱਲੋਂ ਭੰਗ ਹੋਏ ਬਚਨਾਂ ਅਤੇ ਮੁੜ ਕੀਤੀ ਗਈ ਸਖਤੀ ਦੇ ਕਾਰਨ ਉਹਨਾਂ ਨੂੰ ਵੀ ਤਲਵਾਰ ਹੱਥ ਫੜਨੀ ਪੈ ਗਈ ਤਾਂ ਦੋਸ਼ ਉਹਨਾਂ ਦਾ ਨਹੀਂ ਹੋਵੇਗਾ। ਪਰ ਜ਼ਕਰੀਆ ਖਾਨ ਨੇ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਸੰਨ 1736 ਵਿੱਚ ਆਪਣੇ ਦੀਵਾਨ ਲਖਪਤ ਰਾਏ ਅਤੇ ਭਤੀਜੇ ਮੁਖਲਸ ਖਾਨ ਦੇ ਤਹਿਤ ਵਿੱਚ 10,000 ਦੀ ਗਸ਼ਤੀ ਫੌਜ ਸਿੰਘਾਂ ਦੇ ਵਿਰੁੱਧ ਚਾੜ ਦਿੱਤੀ ਅਤੇ ਢੰਡੋਰਾ ਫੇਰ ਦਿੱਤਾ ਕਿ ਜੋ ਸਿੰਘਾਂ ਨੂੰ ਫੜਾਏਗਾ ਜਾਂ ਕਿਸੇ ਸਿੰਘ ਦਾ ਸਿਰ ਵੱਢ ਕੇ ਪਹੁੰਚਾਏਗਾ ਉਸਨੂੰ ਇਨਾਮ ਦਿੱਤਾ ਜਾਏਗਾ। ਇਹਨਾਂ ਨੇ 4 ਕੁ ਮਹੀਨੇ ਵਿੱਚ ਉਹ ਉੱਦਮ ਮਚਾਇਆ ਕਿ ਇੱਕ ਵਾਰੀ ਤਾਂ ਸਿੰਘਾਂ ਨੂੰ ਫੇਰ ਘਰ ਘਾਟ ਛੱਡਣ ਪਰ ਮਜਬੂਰ ਹੋਣਾ ਪੈ ਗਿਆ। ਸਿੰਘਾਂ ਦੇ ਅੰਮ੍ਰਿਤਸਰੋਂ ਦੂਰ ਖਿੰਡੇ ਪੁੰਡੇ ਹੋਣ ਕਰਕੇ ਬੁੱਢਾ ਦਲ ਵੀ ਬਹੁਤੀ ਦੇਰ ਗਸ਼ਤੀ ਫੌਜ ਦਾ ਟਾਕਰਾ ਨਾ ਕਰ ਸਕਣ ਕਰਕੇ ਸਤਲੁਜੋਂ ਪਾਰ ਦੱਖਣ ਨੂੰ ਮਾਲਵੇ ਵਿੱਚ ਚਲਾ ਗਿਆ, ਜਿੱਥੇ ਸਰਦਾਰ ਆਲਾ ਸਿੰਘ ਨੇ ਉਹਨਾਂ ਦੀ ਬੜੀ ਆਓ ਭਗਤ ਕੀਤੀ। ਪਰ ਦਲ ਛੇਤੀ ਹੀ ਪਿਛਾਂ ਨੂੰ ਮੁੜ ਪਿਆ। ਇਤਨੇ ਨੂੰ ਤਰਨਾ ਦਲ ਦੇ ਜਥੇ ਵੀ ਪੰਜਾਬ ਦੀਆਂ ਖ਼ਬਰਾਂ ਸੁਣ ਕੇ ਮੁੜ ਪਏ ਅਤੇ ਦੋਹਾਂ ਦਲਾਂ ਨੇ ਰਲ ਕੇ ਥਾਂ ਪਰ ਥਾਂ ਗਸ਼ਤੀ ਫੌਜਾਂ ਨਾਲ ਟੱਕਰਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਲਾਹੌਰ ਦੇ ਲਾਗੇ ਹੁਜਰਾ ਸ਼ਾਹ ਮੁਕੀਮ ਪਾਸ ਇਹਨਾਂ ਨੂੰ ਇੱਕ ਬੜੀ ਭਾਰੀ ਹਾਰ ਦਿੱਤੀ। ਇਸ ਵਿੱਚ ਦੀਵਾਨ ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਅਤੇ ਲਾਹੌਰ ਸਰਕਾਰ ਦੇ 2 ਉੱਘੇ ਫੌਜਦਾਰ ਜਮਾਲ ਖਾਨ ਅਤੇ ਤਾਤਾਰ ਖਾਨ ਮਾਰੇ ਗਏ। ਅੰਮ੍ਰਿਤਸਰ ਦੇ ਦਰਸ਼ਨਾਂ ਪਰ ਬੰਦਿਸ਼। ਗਸ਼ਤੀ ਫੌਜਾਂ ਦੀ ਸਿੰਘਾਂ ਦੇ ਹੱਥੋਂ ਅਨੇਕਾਂ ਥਾਈਂ ਹੋਈ ਦੁਰਦਸ਼ਾ ਤੋਂ ਜ਼ਕਰੀਆ ਖਾਨ ਬਹੁਤ ਸ਼ਰਮਿੰਦਾ ਅਤੇ ਹੈਰਾਨ ਸੀ। ਉਸਨੇ ਕਾਜੀ ਅਤੇ ਮੁਲਾਣਿਆਂ ਨੂੰ ਬੁਲਾ ਕੇ ਪੁੱਛਿਆ ਕਿ ਇਹਨਾਂ ਦੀ ਦਿਨੋ ਦਿਨ ਤਰੱਕੀ ਦਾ ਭੇਦ ਕੀ ਹੈ। ਉਹਨਾਂ ਜਵਾਬ ਦਿੱਤਾ ਕਿ ਰੱਬ ਜਾਣੇ ਇਹਨਾਂ ਦੇ ਗੁਰੂ ਨੇ ਅੰਮ੍ਰਿਤਸਰ ਦੇ ਸਰੋਵਰ ਵਿੱਚ ਕੀ ਅਜਿਹਾ ਅੰਮ੍ਰਿਤ ਪਾਇਆ ਹੈ ਕਿ ਜਿਸ ਨੂੰ ਪੀ ਕੇ ਅਤੇ ਜਿਸ ਵਿੱਚ ਇਸ਼ਨਾਨ ਕਰਕੇ ਇਹ ਮੌਤ ਤੋਂ ਨਿਡਰ ਅਤੇ ਬੇਪਰਵਾਹ ਹੋ ਜਾਂਦੇ ਹਨ।
ਇਸ ਲਈ ਜਿਤਨਾ ਚਿਰ ਇਸ ਅੰਮ੍ਰਿਤ ਸਰੋਵਰ ਵਿੱਚ ਇਹਨਾਂ ਦਾ ਆਉਣਾ ਅਤੇ ਨਹਾਉਣਾ ਬੰਦ ਨਹੀਂ ਕੀਤਾ ਜਾਂਦਾ, ਇਹਨਾਂ ਨੂੰ ਕੋਈ ਹਾਨੀ ਨਹੀਂ ਹੋ ਸਕਦੀ। ਸਿੰਘਾਂ ਤੋਂ ਡਰੇ ਹੋਏ ਵਹਿਮੀ ਜ਼ਕਰੀਆ ਖਾਨ ਨੇ ਇਸ ਗੱਲ ਪਰ ਯਕੀਨ ਕਰ ਲਿਆ ਅਤੇ ਕਾਜ਼ੀ ਅਬਦੁਲ ਰਜ਼ਾਕ ਅਤੇ ਮੁਹੰਮਦ ਬਖਸ਼ ਨੂੰ 2000 ਦੀ ਫੌਜ ਦੇ ਕੇ ਸਰੋਵਰ ਦੀ ਰਾਖੀ ਲਈ ਭੇਜ ਦਿੱਤਾ ਕਿ ਕਿਸੇ ਸਿੱਖ ਨੂੰ ਨਾ ਇੱਥੇ ਨਹਾਉਣ ਦੇਣ ਅਤੇ ਨਾ ਮੇਲਾ ਲਾਉਣ ਦੇਣ। ਪਰ ਗੁਰੂ ਕੇ ਸਿੰਘਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਅਤੇ ਸਰੋਵਰ ਦੇ ਇਸ਼ਨਾਨ ਤੋਂ ਕੌਣ ਰੋਕੇ? ਉਹ ਜਾਨਾ ਤਲੀ ਤੇ ਰੱਖ ਕੇ ਵੀ ਪੁੱਜ ਜਾਣ ਅਤੇ ਰਾਤ ਬਰਾਤੇ ਭੇਸ ਬਦਲ ਕੇ ਲੁੱਕ ਛਿਪ ਕੇ ਜਿਵੇਂ ਵੀ ਦਾਉ ਲੱਗੇ ਖਾਲੀ ਜਾਂ ਸਣੇ ਘੋੜਿਆਂ ਦੇ ਟੁੱਬੀ ਲਾ ਕੇ ਹਰਨ ਹੋ ਜਾਣ। ਉਹਨਾਂ ਨੂੰ ਨਾ ਵੈਰੀ ਦਾ ਡਰ ਸੀ ਨਾ ਮੌਤ ਦਾ ਭੈ ਅਤੇ ਅਜਿਹੇ ਮੌਕੇ ਸ਼ਹੀਦੀ ਪਾਉਣ ਨੂੰ ਧੰਨ ਭਾਗ ਸਮਝਦੇ ਸਨ। ਇਸ ਵੇਲੇ ਉਹਨਾਂ ਦੀ ਦਲੇਰੀ, ਧਾਰਮਿਕ ਜਜ਼ਬੇ ਅਤੇ ਕੁਰਬਾਨੀ ਲਈ ਸਪਿਰਿਟ ਦਾ ਜ਼ਿਕਰ ਕਰਦਾ ਹੋਇਆ ਜੌਨ ਮੈਲਕਮ ਆਪਣੀ ਪੁਸਤਕ ਸਕੈਚ ਆਫ ਦੀ ਸਿੱਖਸ ਵਿੱਚ ਲਿਖਦਾ ਹੈ, ਕੁਝ ਲੁੱਕ ਛੁੱਪ ਕੇ ਯਾਤਰਾ ਕਰਦੇ ਸਨ, ਕੁਝ ਭੇਸ ਬਦਲ ਕੇ, ਪਰ ਇੱਕ ਮੁਸਲਮਾਨ ਸਮਕਾਲੀ ਲਿਖਾਰੀ ਅਨੁਸਾਰ ਸਿੱਖ ਘੋੜ ਚੜੇ ਆਮ ਤੌਰ ਤੇ ਪੂਰੀ ਰਫ਼ਤਾਰ ਨਾਲ ਆਪਣੇ ਧਰਮ ਮੰਦਰ ਸ੍ਰੀ ਹਰਿਮੰਦਰ ਸਾਹਿਬ ਵੱਲ ਘੋੜੇ ਭਜਾਈ ਜਾਂਦੇ ਦੇਖੀਦੇ ਸਨ। ਕਈ ਵਾਰੀ ਉਹ ਇਸ ਯਤਨ ਵਿੱਚ ਮਾਰੇ ਜਾਂਦੇ ਸਨ ਅਤੇ ਕਈ ਫੜੇ ਜਾਂਦੇ ਸਨ, ਪਰ ਅਜਿਹੇ ਮੌਕੇ ਤੇ ਉਹ ਜਾਨ ਬਚਾਉਣ ਨਾਲੋਂ ਸ਼ਹੀਦੀ ਦਾ ਤਾਜ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਸਨ। ਅਤੇ ਉਹੀ ਲਿਖਾਰੀ ਲਿਖਦਾ ਹੈ ਕਿ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਅੰਮ੍ਰਿਤਸਰ ਨੂੰ ਜਾਂਦੇ ਫੜੇ ਗਏ ਕਿਸੇ ਇੱਕ ਵੀ ਸਿੱਖ ਨੇ ਆਪਣਾ ਧਰਮ ਤਿਆਗਣਾ ਪ੍ਰਵਾਨ ਕੀਤਾ ਹੋਵੇ। ਭਾਈ ਮਨੀ ਸਿੰਘ ਦੀ ਸ਼ਹੀਦੀ। ਇਸ ਵੇਲੇ ਭਾਈ ਮਨੀ ਸਿੰਘ ਅਤੇ ਕੁਝ ਸਿੰਘ ਭੇਸ ਬਦਲ ਕੇ ਸ੍ਰੀ ਦਰਬਾਰ ਸਾਹਿਬ ਵਿੱਚ ਰਹਿ ਰਹੇ ਸਨ। ਇਹਨਾਂ ਦੇ ਨਾਲ ਕੁਝ ਹਿੰਦੂ ਸਾਧੂ ਅਤੇ ਮੁਸਲਮਾਨ ਫਕੀਰ ਵੀ ਟਿਕੇ ਹੋਏ ਸਨ। ਇਸ ਕਰਕੇ ਕਿਸੇ ਨੂੰ ਕੋਈ ਸ਼ੱਕ ਨਾ ਪਈ। ਭਾਈ ਮਨੀ ਸਿੰਘ ਆਪਣੇ ਸਾਧੂ ਸੁਭਾਅ ਕਰਕੇ ਬੜੇ ਹਰਮਨ ਪਿਆਰੇ ਸਨ ਅਤੇ ਕਾਜ਼ੀ ਅਬਦੁਲ ਰਜ਼ਾਕ ਅਤੇ ਮੁਹੰਮਦ ਬਖਸ਼ ਵੀ ਉਹਨਾਂ ਦੀ ਬੜੀ ਇੱਜ਼ਤ ਕਰਦੇ ਸਨ। ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਤੇ ਭਾਈ ਸਾਹਿਬ ਨੇ ਕਾਜ਼ੀ ਅਬਦੁਲ ਰਜ਼ਾਕ ਨਾਲ ਚੰਗੀ ਰਸਾਈ ਪੈਦਾ ਕਰਕੇ ਲਾਹੌਰੋਂ ਇਹ ਆਗਿਆ ਲੈ ਲਈ ਕਿ ਸਿੰਘਾਂ ਨੂੰ ਅੰਮ੍ਰਿਤਸਰ ਦੀਵਾਲੀ ਦਾ ਮੇਲਾ ਲਾ ਲੈਣ ਦਿੱਤਾ ਜਾਏ ਅਤੇ ਨਵਾਬ ਜ਼ਕਰੀਆ ਖਾਨ ਨੇ ਇਹ ਆਗਿਆ ਇਸ ਸ਼ਰਤ ਤੇ ਦੇ ਦਿੱਤੀ ਕਿ ਉਹ ਮੇਲੇ ਤੋਂ ਬਾਅਦ 10,000 ਰੁਪਇਆ ਟੈਕਸ ਭਰਨ। ਭਾਈ ਮਨੀ ਸਿੰਘ ਨੂੰ ਖਿਆਲ ਸੀ ਕਿ ਮੇਲੇ ਦੀ ਚੜ੍ਹਤ ਚੋਂ ਇਹ ਰਕਮ ਦੇਣੀ ਔਖੀ ਨਹੀਂ ਹੋਵੇਗੀ। ਇਸ ਲਈ ਭਾਈ ਸਾਹਿਬ ਨੇ ਥਾਂ ਥਾਈ ਖਾਲਸੇ ਨੂੰ ਸੱਦੇ ਭੇਜ ਦਿੱਤੇ ਅਤੇ ਉਹ ਹੁੰਮ ਹੁਮਾ ਕੇ ਪੁੱਜਣ ਲਈ ਤਿਆਰ ਹੋ ਪਏ। ਜ਼ਕਰੀਆ ਖਾਨ ਦੀ ਨੀਅਤ ਸ਼ਾਇਦ ਅੰਦਰੋਂ ਪਹਿਲੋਂ ਹੀ ਮੰਦੀ ਸੀ ਕਿ ਇਸ ਮੌਕੇ ਪਰ ਪੁੱਜੇ ਹੋਏ ਉੱਗੇ ਸਿੰਘਾਂ ਨੂੰ ਘੇਰ ਕੇ ਮਾਰ ਮੁਕਾਉਣਾ ਸੌਖਾ ਹੋਵੇਗਾ। ਇਸ ਲਈ ਉਸਨੇ ਮੇਲੇ ਦੀ ਦੇਖਭਾਲ ਦੇ ਬਹਾਨੇ ਕੁਝ ਫੌਜ ਇੱਥੇ ਭੇਜ ਦਿੱਤੀ। ਇਸ ਨਾਲ ਸਿੰਘਾਂ ਨੂੰ ਵੀ ਸ਼ੱਕ ਪੈ ਗਿਆ ਅਤੇ ਉਹਨਾਂ ਨੇ ਹਰਕਾਰੇ ਭੇਜ ਕੇ ਸਿੰਘਾਂ ਨੂੰ ਰੋਕ ਦਿੱਤਾ ਅਤੇ ਮੇਲਾ ਨਾ ਭਰ ਸਕਿਆ। ਕੋਈ 10-20 ਸਾਧੂ ਲੋਕ ਹੀ ਪੁੱਜੇ। ਕੋਈ ਆਮਦਨੀ ਨਾ ਹੋਣ ਕਰਕੇ ਭਾਈ ਮਨੀ ਸਿੰਘ ਨੇ ਟੈਕਸ ਕਿੱਥੋਂ ਭਰਨਾ ਸੀ? ਇਸ ਵਿੱਚ ਕਸੂਰ ਨਵਾਬ ਜ਼ਕਰੀਆ ਖਾਨ ਦਾ ਆਪਣਾ ਸੀ, ਪਰ ਡਾਡੇ ਦਾ 30-20 ਸੋ। ਭਾਈ ਮਨੀ ਸਿੰਘ ਨੂੰ ਫੜ ਲਾਹੌਰ ਮੰਗਵਾਇਆ ਅਤੇ ਉੱਥੇ ਸੰਨ 1734 ਈਸਵੀ ਨੂੰ ਬੰਦ ਬੰਦ ਕੱਟ ਕੇ ਕਤਲ ਕਰਵਾ ਦਿੱਤਾ ਅਤੇ ਉਹਨਾਂ ਦੇ ਸਾਥੀਆਂ ਨੂੰ ਚਰਖੜੀਆਂ ਤੇ ਚਾੜ ਕੇ ਉਹਨਾਂ ਦੀਆਂ ਹੱਡੀਆਂ ਤੋੜ ਤੋੜ ਕੇ ਮਰਵਾ ਦਿੱਤਾ। ਇਹ ਹੀ ਨਹੀਂ ਬਲਕਿ ਜ਼ਕਰੀਆ ਖਾਨ ਨੇ ਹੁਕਮ ਦੇ ਕੇ ਸ੍ਰੀ ਦਰਬਾਰ ਸਾਹਿਬ ਦਾ ਸਰੋਵਰ ਮਿੱਟੀ, ਲਿੱਦ, ਡੰਗਰਾਂ ਦੀਆਂ ਹੱਡੀਆਂ, ਚੰਮ ਅਤੇ ਹੋਰ ਮਲਬਾ ਸੁਟਵਾ ਕੇ ਪੂਰ ਦਿੱਤਾ। ਖਾਨ ਬਹਾਦਰ ਦੀ ਇਸ ਵਧੀਕੀ ਅਤੇ ਸੰਤ ਸਰੂਪ ਭਾਈ ਮਨੀ ਸਿੰਘ ਦੀ ਸ਼ਹੀਦੀ ਨੇ ਖਾਲਸੇ ਨੂੰ ਰੋਹ ਚਾੜ ਦਿੱਤਾ। ਜਿਸ ਜਿਸ ਨੇ ਵੀ ਇਹ ਖਬਰ ਸੁਣੀ ਉਸ ਦੀਆਂ ਅੱਖੀਆਂ ਵਿੱਚ ਲਹੂ ਉੱਤਰ ਆਇਆ ਅਤੇ ਬਦਲੇ ਦੀ ਅੱਗ ਨਾਲ ਭੜਕ ਉੱਠਿਆ। ਪਹਿਲੇ ਹੱਲੇ ਹੀ ਖਾਲਸੇ ਨੇ ਕਾਜ਼ੀ ਅਬਦੁਲ ਰਜ਼ਾਕ ਦਾ ਕਜੀਆ ਮੁਕਾਇਆ, ਜਿਸ ਨੇ ਭਾਈ ਮਨੀ ਸਿੰਘ ਨੂੰ ਫੜ ਕੇ ਲਾਹੌਰ ਪਹੁੰਚਾਇਆ ਸੀ ਅਤੇ ਫੇਰ ਜਿੱਧਰ ਜਿੱਧਰ ਦਾਉ ਲੱਗਾ ਕਈ ਸਰਕਾਰੀ ਹਾਕਮ ਸੋਧ ਕੱਢੇ। ਦੇਸ਼ ਵਿੱਚ ਫਤੂਰ ਮੱਚ ਗਿਆ ਦੇਖ ਕੇ ਖਾਨ ਬਹਾਦਰ ਨੇ ਗਸ਼ਤੀ ਫੌਜਾਂ ਸਿੰਘਾਂ ਦੇ ਮਗਰ ਪਾ ਦਿੱਤੀਆਂ। ਪਰ ਹੁਣ ਸਿੰਘ ਵੀ ਅੱਗੇ ਨਾਲੋਂ ਹੁਸ਼ਿਆਰ ਹੋ ਚੁੱਕੇ ਸਨ। ਉਹ ਝੱਟ ਜਾਂ ਤਾਂ ਪਹਾੜੀ ਚੜ੍ਹ ਗਏ ਜਾਂ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਜਾ ਵੜੇ। ਨਾਦਰ ਸ਼ਾਹ ਦੀ ਲੁੱਟ ਸਿੰਘਾਂ ਨੇ ਲੁੱਟ ਲਈ। ਜਨਵਰੀ 1739 ਨੂੰ ਨਾਦਰ ਸ਼ਾਹ ਹਿੰਦੁਸਤਾਨ ਪਰ ਹੱਲੇ ਦੀ ਨੀਅਤ ਨਾਲ ਲਾਹੌਰ ਆ ਪੁੱਜਾ ਤਾਂ ਜ਼ਕਰੀਆ ਖਾਨ ਨੇ ਝੱਟ ਉਸ ਦੀ ਈਨ ਮੰਨ ਲਈ। ਨਾਦਰ ਸ਼ਾਹ ਦੇ ਹੱਲੇ ਦੇ ਕਾਰਨ ਮੁਗਲਾਂ ਦੀ ਟੁੱਟ ਰਹੀ ਤਾਕਤ, ਦਿੱਲੀ ਦੀ ਕਤਲਾਮ ਅਤੇ ਲੁੱਟ ਅਤੇ ਦੇਸ਼ ਵਿੱਚ ਪਏ ਹੋਏ ਰਾਜ ਰੌਲੇ ਨੂੰ ਸਿੰਘ ਵੀ ਦੇਖ ਰਹੇ ਸਨ। ਮੌਕਾ ਤਾੜ ਕੇ ਉਹਨਾਂ ਨੇ ਹੁਣ ਬਾਹਰ ਨਿਕਲਣ ਦੀ ਸੋਚੀ। ਇਤਨੇ ਨੂੰ ਨਾਦਰ ਸ਼ਾਹ ਵੀ ਸ਼ਾਹੀ ਖਜ਼ਾਨਿਆਂ ਅਤੇ ਰਾਜਧਾਨੀ ਦੀ ਲੁੱਟ ਨਾਲ ਲੱਦਿਆ ਹੋਇਆ ਦਿੱਲੀ ਤੋਂ ਮੁੜ ਪਿਆ।
सरहंद पुजदे नूं अद मई हो गई। जेठ दियां धुप्पां तों बचण लई नादर शाह सरहंद तों पहाड़ दी कंढी दे नाल नाल सियालकोट नूं हो पिया, पर इह उस नूं बड़ा महंगा पिया। कीरतपुर अते आनंदपुर दियां पहाड़ियां विच टिके होए सिंघां दे जथे कई देर तों रसद पट्ठे तों टुट्टे पए सन। पहाड़ी इलाके ने सिंघां लई नादर शाह दी फौज पासों रसद अते माल खजाना खोह खिंज के इक्कल वांझे हो जाणा अते छेती ही उस दी शिश्त तों ओले हो निकल जाना सौखा कर दिता। बस फिर किसी सज्जे खब्बे अते पिछों छापे मार के सिंघां ने नादर शाह दा बहुत सारा भारा हौला कर दिता अते दिल्ली दी लुट दा बहुत कुछ माल ईरान जाणों बचा लिया। यह गल मई सन 1747 दे तीसरे हफ्ते दी है। नादर शाह दी सिंघां संबंधी भविखबाणी। ईरानियां ते अफगानां नूं लुट मार लैण वाला अते मुगलां दी हकूमत नूं तोड़ मरोड़ के उन्हां दी राजधानी दिल्ली विच कतलाम मचा देण अते लुट के बर्बाद कर देण वाला नादर शाह डाडा सूरमा भी जंगलां विच फाके कट के गुजारा कर रहे सिंघां दे हत्थों घबरा उठिया अते पहला सवाल जो उसने मई दे अखीर विच पंजाब दे हाकम जकरिया खान दे लाहौरों उत्तर चढ़दे मुड़ मिलण पर कीता, ओह इह सी कि इह सिख कौण अते किस तरह दे लोक हन जिन्हां ने मेरी दिल्ली दी लुट नाल लद्दी हुई फौज दा पिछा लुट मारिया है अते जिन्हां तों डरदी मारी मेरी फौज दी राह विच कूच वेले तरतीब टुट टुट जांदी है। जकरिया खान ने जवाब दिता कि इह फकीरां दा टोला है जो 6 महीने पिछों अमृतसर दे सरोवर ते असनान करन आउंदे हन। नादर शाह ने फिर पुछया कि इन्हां दे घर घाट कित्थे हन। इस दे उत्तर विच जकरिया खान ने कहा कि इन्हां दे घर इन्हां दियां घोड़ियां दियां काठियां उत्ते हन। इह सुन के नादर शाह मुस्करा पिया ते कहन लगा तां फिर इन्हां तों डरना चाहीदा है, ओह समा लागे ही है जद इह सिर कढ़णगे अते इस मुल्क दे वाली बन जाणगे। मुड़ सख्ती दा दौर। भावें जकरिया खान ने सिंघां नाल अगे भी कोई घट नहीं सी कीती पर नादर शाह दे कहन तों उस नूं बड़ी नमोशी आई अते चिड़ चढ़ गई, सो उसने इक वड्डो ही खालसे दी कतलाम आरंभ दित्ती। इह सन 1739 तों सन 1746 ईस्वी याहिया खान दे जमाने तक रही। इलाके दे चौधरिया दे नाम परवाने जारी कर दिते गए कि किसे पिंड विच भी कोई सिंह ना रह पावे अते जो सिंघां नूं मारेगा जां पता देवेगा उस नूं सरकारों इनाम दिता जाओ। अमृतसर अते तरन तारण दे सरोवरां पर चौंकियां ज्यादा चौकस कर दित्तियां गईआं कि किधरे कोई सिंह इशनान ना कर जाए। होर तां होर हर भगत निरंजणीए करमे छीने धर्मदास जोधा नगरीए साहिब राय पुन्नू नशहरीए अते रामे रंधावे ने सिंघां नूं फड़न फड़ाउण अते मरवाउण विच वध चढ़ के कार गुजारी विखाई। मंडियाली दे मस्से रंगड़ ने अपना सारा इलाका छाण मारिया ते दरबार साहिब अमृतसर दे सरोवर विच इशनान करन आए सिंघां नूं मारन लई इत्थे ही आ डेरा लाया। काल तख्त ते शराब दे दौर चलदे हुक्का पी हुंदा सामने कंजरियां दा मुजरा हुंदा अते होर अनेका तरह इस पवित्र धार्मिक अस्थान की बेअदबी हुंदी। भावें सिंघां उत्ते इंज मुसीबता दे झक्खड़ झुल पए पर उन्होंने हिम्मत ना हारी। उन्हां दी मानसिक अवस्था चढ़दियां कला विच सी ते उह कहिंदे सन कि सिक्खी केसा सुआसा नाल निभेगी। इतनियां करड़ाइयां दे हुंदे होए भी महताब सिंह मीरा कोटिए अते सुखा सिंह माड़ी कंबो वाले वर्गे निडर सूरमे दरबार साहिब विच पुज के मस्से रंगड़ नूं सोध जांदे सन। अगस्त सन 1740 जकरिया खान ने तां अपने वल्लों खालसे नूं मार मुकाया सी अते पिंडां विच इह गल आम तुम गई सी कि सरकार ने किधरे कोई सिख नहीं छड्डिया। एक वारी इशनान करके मुड़दे होए दो सिंघां बोता सिंह अते गरजा सिंह नूं दूरों देख के जद किसे ने कहा कि नहीं ओह सिंह नहीं होने एवें कोई भेखी होने ने ता ओहो एहे बोली सहार ना सके अते उत्थे नाल ही नूरदीन दी सराए पास सड़क ते खड़ो गए अते एहे साबित करन लई कि सिंघ मुक नहीं गए ज्योंदे जागदे हन। सड़क ते आउंदे जांदे माल दे गड्डियां अते खोतियां तों टैक्स उगराहण लग पए अते कुछ चिर पिछों बोता सिंह ने जकरिया खान नूं एहे दस देण लई एह चिट्ठी लिख दित्ती कि चिट्ठी लिख लिखे सिंह बोता हथ है सोटा आना लाया गड्डे नूं ते पैसा लाया खोता।
ਆਖੋ ਭਾਬੀ ਖਾਨੋ ਨੂੰ ਯੋਂ ਆਖੇ ਸਿੰਘ ਬੋਤਾ। ਇਸ ਤੋਂ ਛੇਤੀ ਹੀ ਬਾਅਦ ਜ਼ਕਰੀਆ ਖਾਨ ਦੀ ਭੇਜੀ ਹੋਈ ਫੌਜ ਨਾਲ ਸਾਹਮਣੇ ਮੱਥੇ ਪਿੱਠਾਂ ਜੋੜ ਕੇ ਲੜਦੇ ਹੋਏ ਇਹ ਦੋਨੋਂ ਸਿੰਘ ਸ਼ਹੀਦ ਹੋ ਗਏ, ਪਰ ਜਿਉਂਦੇ ਜੀ ਵੈਰੀ ਦੇ ਹੱਥ ਨਾ ਆਏ। ਇਸ ਸਮੇਂ ਭਾਈ ਤਾਰੂ ਸਿੰਘ ਦੀ ਰੰਬੀਆਂ ਨਾਲ ਸਿਰ ਦੀ ਖੋਪਰੀ ਇਸ ਕਰਕੇ ਛਿੱਲ ਦਿੱਤੀ ਗਈ ਕਿ ਉਹ ਜੰਗਲਾਂ ਵਿੱਚ ਲੁਕੇ ਛੁਪੇ ਬਾਗੀ ਸਿੰਘਾਂ ਨੂੰ ਖਾਣਾ ਦਾਣਾ ਪਹੁੰਚਾਉਂਦਾ ਹੈ। ਇਹਨਾਂ ਦੀ ਸ਼ਹੀਦੀ 1 ਜੁਲਾਈ ਸੰਨ 1745 ਈਸਵੀ ਨੂੰ ਹੋਈ। ਉਸੇ ਦਿਨ ਪਿਸ਼ਾਬ ਬੰਦ ਹੋ ਜਾਣ ਕਰਕੇ ਪੀੜ ਦੀ ਤੜਫਾਟ ਨਾਲ ਜ਼ਕਰੀਆ ਖਾਨ ਵੀ ਚਲਾਣਾ ਕਰ ਗਿਆ, ਪਰ ਉਸ ਤੋਂ ਬਾਅਦ ਉਸਦੇ ਪੁੱਤਰ ਯਹੀਆ ਖਾਨ ਦੇ ਸਮੇਂ ਵੀ ਸਿੰਘਾਂ ਨੂੰ ਕੁਝ ਸੁੱਖ ਦਾ ਸਾਹ ਨਾ ਆਇਆ। ਉਸਨੇ ਵੀ ਪਿਓ ਵਾਲੀ ਪਾਲਿਸੀ ਹੀ ਜਾਰੀ ਰੱਖੀ ਅਤੇ ਸਿੱਖਾਂ ਉੱਤੇ ਸਖਤੀ ਦਾ ਚੱਕਰ ਬੜੀ ਤੇਜ਼ੀ ਨਾਲ ਚੱਲਦਾ ਰਿਹਾ, ਜਿਸ ਦਾ ਜ਼ਿਕਰ ਅੱਗੇ ਆਏਗਾ। ਅਧਿਆਏ 5 ਸਰਦਾਰ ਜੱਸਾ ਸਿੰਘ ਦਾ ਰਾਜਸੀ ਜੀਵਨ ਆਰੰਭ। ਸਰਦਾਰ ਜੱਸਾ ਸਿੰਘ ਦਾ ਰਾਜਸੀ ਜੀਵਨ ਉਸ ਦਿਨ ਤੋਂ ਹੀ ਸ਼ੁਰੂ ਹੋ ਗਿਆ ਸੀ ਜਦਕਿ ਉਸਦੇ ਮਾਮਾ ਸਰਦਾਰ ਬਾਗ ਸਿੰਘ ਹੱਲੋਵਾਲੀਏ ਅਤੇ ਉਸਦੀ ਮਾਤਾ ਨੇ ਉਸਨੂੰ ਕਰਤਾਰਪੁਰ ਦੀ ਜੂਹ ਵਿੱਚ ਖਾਲਸਾ ਦਲ ਦੀ ਸੇਵਾ ਲਈ ਨਵਾਬ ਕਪੂਰ ਸਿੰਘ ਦੀ ਝੋਲੀ ਪਾ ਦਿੱਤਾ ਸੀ ਅਤੇ ਇਹ ਉਹਨਾਂ ਦਾ ਪੁਤਰੇਲਾ ਕਰਕੇ ਪ੍ਰਸਿੱਧ ਹੋ ਗਿਆ ਸੀ। ਜੱਸਾ ਸਿੰਘ ਜਿੱਥੇ ਬੜਾ ਸੋਹਣਾ ਸਜੀਲਾ ਸਰੂ ਕੱਦ ਨੌਜਵਾਨ ਨਿਕਲ ਰਿਹਾ ਸੀ, ਉੱਥੇ ਉਹ ਚਾਲ ਢਾਲ ਅਤੇ ਪਹਿਰਾਵੇ ਵਿੱਚ ਸ਼ੁਕਾ ਬਾਂਕਾ ਵੀ ਬਹੁਤ ਸੀ। ਦਿੱਲੀ ਵਿੱਚ ਮਾਤਾ ਸੁੰਦਰੀ ਜੀ ਪਾਸ ਰਹਿਣ ਕਰਕੇ ਉਸਦੀ ਦਸਤਾਰ ਦਾ ਬੰਦੇਜ ਮੁਗਲਾਂ ਵਾਲਾ ਹੋ ਗਿਆ ਹੋਇਆ ਸੀ ਅਤੇ ਬੋਲੀ ਵਿੱਚ ਹਿੰਦੁਸਤਾਨੀ ਬਹੁਤ ਵਰਤਦਾ ਸੀ। ਇਸ ਕਰਕੇ ਕਈ ਸਿੰਘ ਉਸਨੂੰ ਠੱਠਾ ਮਖੌਲ ਕਰਨ ਲੱਗ ਪੈਂਦੇ ਸਨ ਅਤੇ ਹਮਕੋ ਤੁਮਕੋ ਕਹਿ ਕੇ ਬੁਲਾਉਂਦੇ ਅਤੇ ਖਿਜਾਉਂਦੇ ਸਨ। ਜੱਸਾ ਸਿੰਘ ਆਖਰ ਅਜੇ ਨਵਾਂ ਉੱਠਦਾ ਮੁੰਡਾ ਹੀ ਸੀ ਅਤੇ ਦੇਸ਼ ਦੇ ਲੋਕਾਂ ਨਾਲ ਹੰਡਿਆ ਵਰਤਿਆ ਨਹੀਂ ਸੀ, ਇਸ ਲਈ ਉਹ ਉਹਨਾਂ ਪੁਰਾਣੇ ਖੁੰਡਾਂ ਨਾਲ ਕਿਵੇਂ ਵਾਰੇ ਆ ਸਕਦਾ ਸੀ। ਭਾਵੇਂ ਉਹ ਚਤੁਰ ਅਤੇ ਤੇਜ਼ ਤਾਂ ਸੀ, ਪਰ ਚੂੰਕਿ ਬਹੁਤ ਗੰਭੀਰ ਰਹਿੰਦਾ ਸੀ ਇਸ ਲਈ ਠੱਠੇ ਮਖੌਲ ਦੀ ਆਦਤ ਨਹੀਂ ਸੀ। ਇੱਕ ਵਾਰੀ ਦਾਣਾ ਵੰਡਣ ਵੇਲੇ ਸਿੰਘਾਂ ਦੇ ਮਖੌਲਾਂ ਅਤੇ ਆਪਾ ਧਾਪੀ ਤੋਂ ਤੰਗ ਆ ਕੇ ਹੰਝੂਆਂ ਭਰੀਆਂ ਅੱਖਾਂ ਨਾਲ ਨਵਾਬ ਪਾਸ ਜਾ ਕੇ ਕਹਿਣ ਲੱਗਾ, ਮੈਥੋਂ ਦਾਣਾ ਵਰਤੇ ਨਾਹੀਂ। ਨਵਾਬ ਸਾਹਿਬ ਨੇ ਪਿਆਰ ਨਾਲ ਧੀਰਜ ਦਿੱਤੀ ਅਤੇ ਬਚਨ ਕੀਤਾ, ਘਬਰਾਓ ਨਹੀਂ, ਤੂੰ ਤੇ ਹਜ਼ਾਰਾਂ ਵੱਗਾਂ ਨੂੰ ਦਾਣਾ ਦੇਣਾ ਹੈ। ਇਹ ਪੰਥ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ, ਸੇਵਾ ਤੋਂ ਹੀ ਮੇਵਾ ਮਿਲਦਾ ਹੈ। ਮੈਨੂੰ ਇਸ ਗਰੀਬ ਨਿਵਾਜ਼ ਪੰਥ ਨੇ ਨਵਾਬ ਬਣਾ ਦਿੱਤਾ ਹੈ, ਤੈਨੂੰ ਕੀ ਪਤਾ ਪਾਤਸ਼ਾਹੀ ਬਖਸ਼ ਦੇ। ਖਾਲਸਾ ਉਸ ਵੇਲੇ ਨਵਾਬ ਸਾਹਿਬ ਨੂੰ ਗੁਰੂ ਰੂਪ ਸਮਝਦਾ ਸੀ, ਜਿਵੇਂ ਦਰਬਾਰ ਸਾਹਿਬ ਦੀ ਸੇਵਾ ਕਰਕੇ ਭਾਈ ਮਨੀ ਸਿੰਘ ਜੀ ਦੀ ਉੱਚ ਪਦਵੀ ਸੀ, ਤਿਵੇਂ ਖਾਲਸਾ ਦਲ ਵਿੱਚ ਨਵਾਬ ਕਪੂਰ ਸਿੰਘ ਦੀ ਸੀ। ਨਵਾਬ ਸਾਹਿਬ ਦੇ ਮੂੰਹੋਂ ਉੱਪਰ ਲਿਖੇ ਭਾਵ ਦੇ ਬਚਨ ਨਿਕਲਣ ਦੀ ਦੇਰ ਸੀ ਕਿ ਖਾਲਸੇ ਨੇ ਇਸ ਨੂੰ ਇੱਕ ਅਟਲ ਭਵਿੱਖਬਾਣੀ ਜਾਣ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਗੁਜਾਉਣੇ ਆਰੰਭ ਦਿੱਤੇ। ਨਵਾਬ ਸਾਹਿਬ ਦੇ ਮੁੱਖੋਂ ਤਾਂ ਇਹ ਵਾਕ ਭਾਵੇਂ ਸੁੱਤੇ ਹੀ ਨਿਕਲੇ ਸਨ, ਪਰ ਸਨ ਇਹ ਵਾਕ ਇੱਕ ਜਪੀ ਤਪੀ ਅਤੇ ਹੱਠੀ ਯੋਧਾ ਮਹਾਤਮਾ ਦੇ, ਖਾਲੀ ਕਿਵੇਂ ਜਾ ਸਕਦੇ ਸਨ। ਸਮੇਂ ਸਿਰ ਆਪਣਾ ਰੰਗ ਲਿਆਏ। ਸੰਨ 1761 ਈਸਵੀ ਵਿੱਚ ਲਾਹੌਰ ਦੇ ਹਾਕਮ ਖੁਆਜਾ ਉਬਦੇਲਾ ਨੂੰ ਗੁਜਰਾਂ ਵਾਲੇ ਤੇ ਹੱਲਾ ਕਰਨ ਗਏ ਨੂੰ ਭਾਂਜ ਦੇ ਕੇ ਸਰਦਾਰ ਜੱਸਾ ਸਿੰਘ ਦੀ ਕਮਾਨ ਹੇਠਾਂ ਜਦ ਖਾਲਸਾ ਲਾਹੌਰ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਸਿੰਘ ਨੇ ਇਹਨਾਂ ਦੇ ਪਾਤਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਇਸ ਤਰ੍ਹਾਂ ਨਵਾਬ ਸਾਹਿਬ ਦੇ ਵਾਕ ਪੂਰੇ ਹੋ ਗਏ। ਕੌਣ ਜਾਣਦਾ ਸੀ ਕਿ ਇਹ ਗਬਰੂਟ ਜਿਸ ਨੂੰ ਲੋਕੀ ਐਵੇਂ ਹਾਸੇ ਮਖੌਲ ਵਿੱਚ ਹੀ ਰੁਆ ਛੱਡਦੇ ਸਨ ਅਤੇ ਜਿਸ ਦੀ ਮੁਗਲਾਂ ਵਰਗੀ ਦਸਤਾਰ ਅਤੇ ਦਿੱਲੀ ਵਾਲਿਆਂ ਦੀ ਹਮਕੋ ਤੁਮਕੋ ਦੇਖ ਸੁਣ ਕੇ ਠੱਠਿਆਂ ਨਾਲ ਖਿਜਾਇਆ ਕਰਦੇ ਸਨ, ਇੱਕ ਦਿਨ ਖਾਲਸਾ ਪੰਥ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਆਗੂ ਬਣੇਗਾ ਅਤੇ ਖਾਲਸਾ ਜੀ ਦਾ ਪਹਿਲਾ ਪਾਤਸ਼ਾਹ ਕਹਾਏਗਾ। ਪਰ ਉਹ ਸਿਰਜਣਹਾਰ ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਸਤਿਗੁਰੂ ਨੇ ਫੁਰਮਾਇਆ ਹੋਇਆ ਹੈ, ਹਰ ਕੀ ਗਤ ਨਹੀਂ ਕਉ ਜਾਣੈ, ਜੋਗੀ ਜਤੀ ਤਪੀ ਪਛਾਰੇ, ਅਰਬ ਹੈ ਲੋਗ ਸਿਆਣੇ। ਛਿਨਮੈ ਰਾਓ ਰੰਕ ਕੋ ਕਰਈ, ਰਾਓ ਰੰਕ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਬਿਵਹਾਰੇ। ਜਦ ਤੋਂ ਇਸਦੀ ਮਾਤਾ ਜੀ ਜੱਸਾ ਸਿੰਘ ਨੂੰ ਨਵਾਬ ਸਾਹਿਬ ਦੀ ਝੋਲੀ ਪਾ ਗਏ ਸਨ, ਇਹ ਹਰ ਸਮੇਂ ਖਾਲਸਾ ਦਲ ਵਿੱਚ ਨਵਾਬ ਸਾਹਿਬ ਦੇ ਨਾਲ ਹੀ ਪਰਛਾਵੇਂ ਵਾਂਗੂ ਰਿਹਾ ਅਤੇ ਹਰ ਦੁੱਖ ਸੁੱਖ ਵੇਲੇ ਉਹਨਾਂ ਦੀ ਸੇਵਾ ਕਰਦਾ ਰਿਹਾ। ਜਦ ਖਾਲਸੇ ਦੇ ਦੋ ਦਲ ਬਣੇ ਤਾਂ ਇਹ ਨਵਾਬ ਕਪੂਰ ਸਿੰਘ ਦੇ ਨਾਲ ਹੀ ਬੁੱਢਾ ਦਲ ਵਿੱਚ ਰਿਹਾ, ਜਿੱਥੇ ਕਿ ਦੀਵਾਨ ਦਰਬਾਰ ਸਿੰਘ ਅਤੇ ਸਰਦਾਰ ਬਾਗ ਸਿੰਘ ਸਨ ਅਤੇ ਉਹਨਾਂ ਦੇ ਨਾਲ ਹੀ ਜੁੱਦਾ ਜੰਗਾਂ ਅਤੇ ਮੱਲਾਂ ਮਾਰਾਂ ਵਿੱਚ ਹਿੱਸਾ ਲੈਂਦਾ ਰਿਹਾ।
ਇਸ ਲਈ ਪੰਥ ਦੀ ਸੇਵਾ ਵਿੱਚ ਦੁੱਖ ਤਕਲੀਫ ਖਿੜੇ ਮੱਥੇ ਸਹਿ ਜਾਣ ਅਤੇ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਜੋ ਤਜਰਬਾ ਨਵਾਬ ਜ਼ਕਰੀਆ ਖਾਨ ਅਤੇ ਯਾਹੀਆ ਖਾਨ ਦੇ ਵਿਖੜੇ ਸਮੇਂ ਉਸ ਨੂੰ ਹੋਇਆ, ਉਸ ਨੇ ਉਸ ਦਾ ਮਨ ਦ੍ਰਿੜ ਭਰੋਸੇ ਵਾਲਾ, ਸ਼ਰਧਾਲੂ ਅਤੇ ਨਿਰਮਾਣ ਬਣਾ ਦਿੱਤਾ, ਜਿਸ ਨਾਲ ਜਿਉਂ ਜਿਉਂ ਸਮਾਂ ਆਇਆ ਉਸ ਦੀ ਪ੍ਰਭਤਾ ਵਿੱਚ ਵਾਧਾ ਹੁੰਦਾ ਗਿਆ ਅਤੇ ਅੰਤ ਉਹ ਖਾਲਸੇ ਦਾ ਸ਼੍ਰੋਮਣੀ ਸਰਦਾਰ ਅਤੇ ਸੁਲਤਾਨੁਲ ਕੌਮ ਬਣ ਗਿਆ। ਨਵਾਬ ਕਪੂਰ ਸਿੰਘ, ਦੀਵਾਨ ਦਰਬਾਰਾ ਸਿੰਘ ਅਤੇ ਦੂਸਰੇ ਵਡੇਰੇ ਅਤੇ ਮੁਖੀ ਸਰਦਾਰਾਂ ਦੇ ਹੁੰਦੇ ਜੱਸਾ ਸਿੰਘ ਦੀ ਸੂਝਬੂਝ ਅਤੇ ਬਹਾਦਰੀ ਦੇ ਕਾਰਨਾਮੇ ਬਹੁਤੇ ਸਾਹਮਣੇ ਨਹੀਂ ਆਏ ਅਤੇ ਇਤਿਹਾਸ ਦੇ ਪੰਨੇ ਉਹਨਾਂ ਤੋਂ ਅਣਜਾਣ ਹਨ। ਛੋਟੇ ਘੱਲੂਘਾਰੇ ਵੇਲੇ ਕੁਝ ਮੌਕਿਆਂ ਪਰ ਇਸ ਦਾ ਪ੍ਰਤੱਖ ਜ਼ਿਕਰ ਪ੍ਰਾਚੀਨ ਪੰਥ ਪ੍ਰਕਾਸ਼ ਅਤੇ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਵਿੱਚ ਆਇਆ ਹੈ। ਇਸ ਵੇਲੇ ਤੱਕ ਜੱਸਾ ਸਿੰਘ ਦੀ ਉਮਰ 27-28 ਵਰ੍ਹਿਆਂ ਦੀ ਹੋ ਚੁੱਕੀ ਸੀ ਅਤੇ ਨਵਾਬ ਸਾਹਿਬ ਨੇ ਉਸ ਨੂੰ ਚੌਖੀ ਖੁੱਲ੍ਹ ਦੇ ਦਿੱਤੀ ਹੋਈ ਸੀ। ਦੀਵਾਨ ਜਸਪਤ ਰਾਏ ਦੀ ਮੌਤ। ਜਿਵੇਂ ਪਿੱਛੇ ਜ਼ਿਕਰ ਕੀਤਾ ਗਿਆ ਹੈ ਕਿ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਯਾਹੀਆ ਖਾਨ ਨੇ ਵੀ ਸਿੱਖਾਂ ਵਿਰੁੱਧ ਆਪਣੇ ਪਿਓ ਵਾਲੀ ਹੀ ਨੀਤੀ ਜਾਰੀ ਰੱਖੀ ਅਤੇ ਉਹਨਾਂ ਪਰ ਸਖਤੀ ਵਧਦੀ ਗਈ। ਜ਼ਕਰੀਆ ਖਾਨ ਦੇ ਵੇਲੇ ਤੋਂ ਹੀ ਲਾਹੌਰ ਦੀ ਹਕੂਮਤ ਵਿੱਚ ਦੀਵਾਨ ਲਖਪਤ ਰਾਏ ਅਤੇ ਜਸਪਤ ਰਾਏ ਐਮਨਾਬਾਦੀ ਭਰਾਵਾਂ ਦਾ ਬੜਾ ਜ਼ੋਰ ਸੀ। ਲਖਪਤ ਰਾਏ ਸੂਬਾ ਲਾਹੌਰ ਦਾ ਦੀਵਾਨ ਸੀ ਅਤੇ ਜਸਪਤ ਰਾਏ ਐਮਨਾਬਾਦ ਦਾ ਫੌਜਦਾਰ। ਇਹ ਅਸਲੋਂ ਕਲਾਨੌਰ ਜ਼ਿਲ੍ਹਾ ਗੁਰਦਾਸਪੁਰੇ ਦੇ ਖੱਤਰੀ ਸਨ ਅਤੇ ਸਰਕਾਰੀ ਨੌਕਰੀ ਵਿੱਚ ਵਧਦੇ ਵਧਦੇ ਇਹਨਾਂ ਪਦਵੀਆਂ ਤੱਕ ਪੁੱਜੇ ਸਨ। ਜਨਵਰੀ ਫਰਵਰੀ ਸੰਨ 1746 ਈਸਵੀ ਦੀ ਗੱਲ ਹੈ ਕਿ ਸਿੰਘਾਂ ਦਾ ਇੱਕ ਜਥਾ, ਜਿਸ ਦੇ ਆਗੂ ਸਰਦਾਰ ਸੁੱਖਾ ਸਿੰਘ ਮਾੜੀ ਕੰਬੋ ਅਤੇ ਜੱਸਾ ਸਿੰਘ ਆਲੂ ਵਾਲੀਏ ਸਨ, ਜੰਗਲ ਵੱਲੋਂ ਗਸ਼ਤੀ ਫੌਜ ਦਾ ਤਕੀਦਾ ਹੋਇਆ ਚੱਲੋ ਚੱਲ ਪਹਾੜ ਵੱਲ ਨੂੰ ਜਾ ਰਿਹਾ ਸੀ ਕਿ ਦੀਵਾਨ ਜਸਪਤ ਰਾਏ ਇਸ ਦੇ ਮਗਰ ਪੈ ਗਿਆ ਅਤੇ ਐਮਨਾਬਾਦ ਵੱਲ ਧੱਕ ਦਿੱਤਾ। ਇਲਾਕੇ ਦੇ ਚੌਧਰੀ ਵੀ ਇਸ ਵੇਲੇ ਆਪਣੀਆਂ ਛੇੜਾਂ ਲੈ ਕੇ ਜਸਪਤ ਰਾਏ ਨਾਲ ਆ ਰਲੇ ਅਤੇ ਜੱਥਾ ਬਦੋਕੀ ਵੱਲ ਨੂੰ ਹੋ ਪਿਆ। ਇੱਥੇ ਗੁਸਾਈਆਂ ਦੀ ਚਿੜੀ ਵਿੱਚ ਸਿਰ ਲੁਕਾ ਕੇ ਲੰਗਰ ਦਾ ਕੁਝ ਆਹਰ ਕਰਨ ਹੀ ਲੱਗੇ ਸਨ ਕਿ ਜਸਪਤ ਰਾਏ ਆ ਪੁੱਜਾ ਤੇ ਸੁਨੇਹਾ ਭੇਜਿਆ ਕਿ ਇੱਥੋਂ ਇਕਦਮ ਕੂਚ ਕਰ ਜਾਓ। ਸਿੰਘਾਂ ਨੇ ਉੱਤਰ ਦਿੱਤਾ ਕਿ ਅਸੀਂ ਤਿੰਨਾਂ ਦਿਨਾਂ ਦੇ ਭੁੱਖੇ ਹਾਂ, ਇਸ ਹਾਲਤ ਵਿੱਚ ਹੁਣ ਕੁਝ ਕਰਨਾ ਔਖਾ ਹੈ, ਦੂਸਰੇ ਰਾਤ ਹੀ ਬਾਕੀ ਹੈ। ਭਲਕੇ ਸਵੇਰੇ ਵਿਸਾਖੀ ਰੋੜੀ ਸਾਹਿਬ ਦੇਖ ਕੇ ਅਸੀਂ ਆਪੇ ਹੀ ਅੱਗੇ ਨੂੰ ਤੁਰ ਜਾਵਾਂਗੇ। ਜਸਪਤ ਰਾਏ ਨੇ ਮੁੜ ਅਖਵਾ ਭੇਜਿਆ ਕਿ ਮੈਂ ਇੱਕ ਛਿਨ ਭਰ ਵੀ ਤੁਹਾਨੂੰ ਇੱਥੇ ਟਿਕਣ ਨਹੀਂ ਦੇਣਾ, ਇਸ ਲਈ ਹੁਣੇ ਹੀ ਕੂਚ ਕਰ ਜਾਓ। ਸਿੰਘਾਂ ਨੇ ਕਿਹਾ ਕਿ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ, ਸਾਡਾ ਵੈਰ ਕੇਵਲ ਜ਼ੁਲਮੀ ਸਰਕਾਰ ਨਾਲ ਹੈ। ਅਸੀਂ ਇੱਥੋਂ ਅੰਨ ਦਾਣੇ ਦਾ ਪ੍ਰਬੰਧ ਕਰਕੇ ਦੂਸਰੇ ਇਲਾਕੇ ਵਿੱਚ ਜਾ ਵੜਾਂਗੇ। ਇਸ ਦੇ ਉੱਤਰ ਵਿੱਚ ਜਸਪਤ ਰਾਏ ਨੇ ਕਿਹਾ ਕਿ ਤੁਸੀਂ ਤਾਂ ਉਹ ਗੱਲ ਕੀਤੀ ਹੈ ਕਿ ਖਸਮ ਤਾਂ ਫਿਰੇ ਨੱਕ ਵੱਢਣ ਨੂੰ ਅਤੇ ਤੀਵੀਂ ਲੋੜੇ ਨੱਥ ਕਢਾਉਣੀ। ਮੈਂ ਤਾਂ ਤੁਹਾਡਾ ਖੁਰਾ ਖੋਜ ਮਿਟਾ ਦੇਣਾ ਚਾਹੁੰਦਾ ਹਾਂ ਤੇ ਤੁਸੀਂ ਮੇਰੇ ਇਲਾਕੇ ਵਿੱਚੋਂ ਹੀ ਰਸਦ ਭਾਲਦੇ ਹੋ। ਤੁਹਾਨੂੰ ਤਾਂ ਜੰਮ ਧਰੂ ਕੇ ਮੇਰੇ ਇਲਾਕੇ ਵਿੱਚ ਲੈ ਆਏ ਹਨ, ਮੈਂ ਹੁਣੇ ਹੀ ਤੁਹਾਡਾ ਬੰਦੋਬਸਤ ਕਰਦਾ ਹਾਂ। ਸੀਸ ਮੁਨਾਏ ਤੁਮੇ ਜਾਟ ਬਣਾਵੋ, ਤੁਮਰੇ ਬਾਲਨ ਕੀ ਮਾਲਾ ਬਣਾਵੋ। ਕਹਿੰਦੇ ਹਨ ਕਿ ਸਿੰਘਾਂ ਨੇ ਟਿੰਡਾਂ ਵਿੱਚ ਸਾਗ ਪਾਤ ਉਬਾਲਣਾ ਧਰਿਆ ਹੀ ਸੀ ਕਿ ਜਸਪਤ ਰਾਏ ਨੇ ਆ ਘੇਰਾ ਕੱਤਿਆ। ਹੁਣ ਸਿੰਘਾਂ ਲਈ ਕਿਸੇ ਪਾਸੇ ਵੀ ਨਿਕਲ ਸਕਣ ਦੀ ਕੋਈ ਆਸ ਨਹੀਂ ਸੀ, ਇਸ ਲਈ ਉਹਨਾਂ ਭੁੱਖੇ ਪਾਣੇ ਇਸ ਤਰ੍ਹਾਂ ਫਸ ਕੇ ਮਰਨ ਨਾਲੋਂ ਦੋ ਹੱਥ ਕਰਕੇ ਮਰਨਾ ਚੰਗਾ ਜਾਣਿਆ ਅਤੇ ਹੱਲਾ ਕਰਕੇ ਜਸਪਤ ਰਾਏ ਪਰ ਟੁੱਟ ਪਏ। ਦੀਵਾਨ ਦੇ ਸਾਥੀਆਂ ਅਤੇ ਮੁਲਖਈਏ ਨੂੰ ਪਹਿਲੇ ਹੱਲੇ ਹੀ ਭਾਜੜ ਪੈ ਗਈ ਵੇਖ ਕੇ ਨਿਬਾਹੂ ਸਿੰਘ ਨਾਮੇ ਇੱਕ ਸਿੰਘ ਦੌੜ ਕੇ ਪੁੱਛਲ ਰਾਹੀਂ ਜਸਪਤ ਰਾਏ ਦੇ ਹਾਥੀ ਉੱਤੇ ਚੜ ਗਿਆ ਅਤੇ ਤੇਗੇ ਦੇ ਇੱਕ ਹੀ ਵਾਰ ਨਾਲ ਉਸ ਦਾ ਸਿਰ ਧਰ ਤੋਂ ਅਲੱਗ ਕਰ ਦਿੱਤਾ ਅਤੇ ਦੀਵਾਨ ਦੇ ਜੇਵਰ ਅਤੇ ਮਾਲ ਮਤਾ ਤੱਲੇ ਸੁੱਟ ਕੇ ਸਿਰ ਲੈ ਕੇ ਭੱਜ ਨਿਕਲਿਆ। ਜੋ ਸਿੰਘਾਂ ਨੇ ਬਦੋਕੀ ਗੁਸਾਈਆਂ ਦੇ ਬਾਵਾ ਕਿਰਪਾ ਰਾਮ ਦੇ ਮੰਗਣ ਪਰ ਉਸ ਨੂੰ ਦੇ ਦਿੱਤਾ। ਇਸ ਦੇ ਬਦਲੇ ਬਾਵੇ ਨੇ 500 ਰੁਪਇਆ ਸਿੰਘਾਂ ਨੂੰ ਭੇਟ ਕੀਤਾ। ਜਸਪਤ ਰਾਏ ਦੀ ਮੌਤ ਦੀ ਖਬਰ ਸੁਣ ਕੇ ਦੀਵਾਨ ਲਖਪਤ ਰਾਏ ਬੌਲਾ ਹੋ ਗਿਆ ਅਤੇ ਆਪਣੀ ਪੱਗ ਯਾਹੀਆ ਖਾਨ ਦੇ ਪੈਰਾਂ ਤੇ ਜਾ ਸੁੱਟੀ ਅਤੇ ਸਹੁੰ ਖਾ ਲਈ ਕਿ ਮੈਂ ਹੁਣ ਸਿੰਘਾਂ ਦਾ ਖੁਰਾ ਖੋਜ ਮਿਟਾ ਕੇ ਹੀ ਮੁੜ ਪਗੜੀ ਬੰਨਾਂਗਾ। ਯਾਹੀਆ ਖਾਨ ਨੂੰ ਹੋਰ ਕੀ ਚਾਹੀਦਾ ਸੀ? ਉਸਨੇ ਇੱਕ ਆਮ ਐਲਾਨ ਸਿੱਖਾਂ ਦੀ ਕਤਲਾਮ ਦਾ ਕਰ ਦਿੱਤਾ ਅਤੇ ਉਹਨਾਂ ਦੇ ਸਿਰਾਂ ਲਈ ਇਨਾਮ ਰੱਖ ਦਿੱਤੇ ਅਤੇ ਹੁਕਮ ਦੇ ਦਿੱਤਾ ਕਿ ਜਿਹੜਾ ਵੀ ਕੋਈ ਗੁਰੂ ਗੋਬਿੰਦ ਸਿੰਘ ਦਾ ਨਾਂ ਲੈਂਦਾ ਸੁਣਿਆ ਜਾਵੇ ਉਸਦਾ ਪੇਟ ਚਾਕ ਕਰ ਦਿੱਤਾ ਜਾਏ। ਲਖਪਤ ਰਾਏ ਜਾਂ ਸਰਦਾਰ ਸੁੱਖਾ ਸਿੰਘ ਅਤੇ ਜੱਸਾ ਸਿੰਘ ਦੇ ਜਥੇ ਨੂੰ ਹਰਨ ਹੋ ਗਿਆ ਦੇਖ ਕੇ ਲਾਹੌਰ ਆਇਆ
ਤਾਂ ਉਸਨੇ ਸਿੰਘਾਂ ਦੇ ਕਤਲਾਮ ਲਈ ਮੁੱਢੋ ਟੱਕ ਧਰ ਦਿੱਤਾ। ਅੱਗੇ ਕੇਵਲ ਰਾਠ ਸਿੰਘ ਹੀ ਮਾਰੇ ਜਾਂਦੇ ਸਨ, ਪਰ ਲਖਪਤ ਰਾਏ ਨੇ ਮਾਰਚ ਸਨ 1746 ਦੇ ਪਹਿਲੇ ਹਫ਼ਤੇ ਸਭ ਤੋਂ ਪਹਿਲਾਂ ਲਾਹੌਰ ਵਿੱਚ ਜਿਤਨੇ ਵੀ ਸਿੱਖ ਦੁਕਾਨਦਾਰ ਅਤੇ ਸਰਕਾਰੀ ਨੌਕਰ ਚਾਕਰ ਸਨ ਫੜ ਕੇ ਚੂੜਿਆਂ ਦੇ ਹਵਾਲੇ ਕਰ ਦਿੱਤੇ ਕਿ 10 ਮਾਰਚ ਸੋਮਵਾਰ ਨੂੰ ਇਹਨਾਂ ਦੀਆਂ ਕੇਸਾਂ ਵਾਲੀਆਂ ਖੋਪਰੀਆਂ ਉਤਾਰ ਦਿਓ। ਇਸ ਵੇਲੇ ਪਹਾੜ ਦੇ ਇੱਕ ਰਾਜੇ ਪਾਸ ਜੋ 15 ਸਿੱਖ ਨੌਕਰ ਸਨ ਉਹ ਵੀ ਫੜੇ ਹੋਏ ਲਾਹੌਰ ਆ ਗਏ ਅਤੇ ਜਲਾਦਾਂ ਦੇ ਹਵਾਲੇ ਕੀਤੇ ਗਏ। ਗਰੀਬ ਬੇਦੋਸੇ ਨੌਕਰ ਚਾਕਰ ਸਿੰਘਾਂ ਦੇ ਕਤਲ ਦੀ ਖਬਰ ਸੁਣ ਕੇ ਸਾਰੇ ਸ਼ਹਿਰ ਵਿੱਚ ਕਹਾਰੀ ਮੱਚ ਗਈ ਅਤੇ ਆਲੇ ਦੁਆਲੇ ਦੀ ਲੁਕਾਈ ਤਰਾ ਤਰਾ ਕਰ ਉੱਠੀ। ਇਨਸਾਨੀ ਹਮਦਰਦੀ ਭਰਿਆ ਦਿਲ ਰੱਖਣ ਵਾਲੇ ਕੁਝ ਧਰਮੀ ਬੰਦਿਆਂ ਨੇ ਇੱਕ ਪੰਚਾਇਤ ਕੀਤੀ ਅਤੇ ਲਖਪਤ ਰਾਏ ਦੇ ਗੁਰੂ ਗੁਸਾਈ ਸੰਤ ਜਗਤ ਭਗਤ ਨੂੰ ਲਖਪਤ ਰਾਏ ਪਾਸ ਡੈਪੂਟੇਸ਼ਨ ਦੇ ਨਾਲ ਜਾਣ ਲਈ ਲਾਹੌਰ ਲੈ ਆਏ। ਦੀਵਾਨ ਲੱਛੀ ਰਾਮ ਅਤੇ ਦੀਵਾਨ ਕੌੜਾ ਮੱਲ ਇਸ ਡੈਪੂਟੇਸ਼ਨ ਦੇ ਮੋਹਰੀ ਸਨ। ਇਹਨਾਂ ਨੇ ਲਖਪਤ ਰਾਏ ਨੂੰ ਕਿਹਾ ਕਿ ਤੇਰਾ ਭਾਈ ਜਸਪਤ ਰਾਏ ਸਿੰਘਾਂ ਪਰ ਹੱਲਾ ਕਰਦਾ ਹੋਇਆ ਲੜਾਈ ਵਿੱਚ ਮਾਰਿਆ ਗਿਆ ਹੈ। ਜਿਹੜੀ ਭਾਵੀਂ ਬੀਤਣੀ ਸੀ ਸੋ ਬੀਤ ਗਈ, ਹੁਣ ਤੂੰ ਸਿੰਘਾਂ ਪਰ ਲੋਹੇ ਦੀ ਲਾਓ ਨਾ ਖਿੱਚ। ਇਹ ਵੀ ਆਪਣੇ ਭਰਾ ਹੀ ਹਨ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਕਸ਼ਟ ਸਹਾਰ ਰਹੇ ਹਨ। ਪਰ ਲਖਪਤ ਰਾਏ ਨੇ ਇਹਨਾਂ ਦੀ ਇੱਕ ਨਾ ਸੁਣੀ ਅਤੇ ਕਹਿਣ ਲੱਗਾ ਕਿ ਤੁਸੀਂ ਤਾਂ ਕੀ, ਜੇ ਰੱਬ ਵੀ ਆਪ ਚੱਲ ਕੇ ਆਵੇ ਤਾਂ ਵੀ ਮੈਂ ਇਹਨਾਂ ਨੂੰ ਨਹੀਂ ਛੱਡਾਂਗਾ। ਸੰਤ ਜਗਤ ਭਗਤ ਨੇ ਵੀ ਬਥੇਰਾ ਸਮਝਾਇਆ ਪਰ ਉਸ ਨੂੰ ਇੱਕ ਨਾ ਲੱਗੀ ਅਤੇ ਸੰਤਾਂ ਨੂੰ ਕਹਿਣ ਲੱਗਾ, ਤੁਹਾਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ, ਤੁਸੀਂ ਡੇਰੇ ਹੀ ਬੈਠਿਆ ਕਰੋ। ਸੰਤ ਬੜੇ ਨਿਰਾਸ਼ ਹੋਏ ਅਤੇ ਕਿਹਾ, ਜਿਸ ਪਾਣੀਓ ਉੱਗੀ ਹੈ ਉਸੇ ਪਾਣੀ ਮਾਰਾਂਗੇ, ਤੇਰੀ ਜੜ ਨਾ ਰਹੂ ਅਤੇ ਇਹ ਪੰਥ ਦਿਨੋ ਦਿਨ ਵਧੂ। ਅੰਤ ਪਤਵੰਤੇ ਸੱਜਣਾ ਨੇ ਕਿਹਾ ਕਿ ਦੇਖ, ਜੇ ਹੋਰ ਕੁਝ ਨਹੀਂ ਤਾਂ ਸੋਮਾਵਤੀ ਅਮਾਵਸ ਵਾਲੇ ਦਿਹਾੜੇ ਤਾਂ ਇਹ ਕਾਰਾ ਨਾ ਕਰ। ਸੋਮਾਵਤੀ ਮੱਸਿਆ ਕਦੇ ਭਾਗਾਂ ਨਾਲ ਹੀ ਆਉਂਦੀ ਹੈ, ਕੀ ਖਬਰ ਫੇਰ ਸਾਡੇ ਜਿਉਂਦਿਆਂ ਆਵੇ ਕਿ ਨਾ ਆਵੇ। ਪਰ ਲਖਪਤ ਰਾਏ ਦੇ ਪੱਥਰ ਦਿਲ ਪਰ ਇਹਨਾਂ ਬੀਬੀਆਂ ਅਤੇ ਧੋਲੀਆਂ ਦਾੜੀਆਂ ਵਾਲੇ ਬਜ਼ੁਰਗਾਂ ਦੀਆਂ ਮਿੰਨਤਾਂ ਦਾ ਵੀ ਕੁਝ ਅਸਰ ਨਾ ਹੋਇਆ ਅਤੇ ਇਹ ਫੜੇ ਹੋਏ ਸਾਰੇ ਸਿੰਘ ਸੋਮਵਾਰੀ ਮੱਸਿਆ ਵਾਲੇ ਦਿਨ 10 ਮਾਰਚ ਸੰਨ 1746 ਨੂੰ ਕਤਲ ਕਰਵਾ ਦਿੱਤੇ ਗਏ। ਪਹਿਲਾ ਘੱਲੂਕਾਰਾ। ਇਸ ਦੇ ਛੇਤੀ ਹੀ ਪਿੱਛੋਂ ਦੀਵਾਨ ਲਖਪਤ ਰਾਏ ਨਵਾਬ ਯਹੀਆ ਖਾਨ ਦੇ ਹੁਕਮ ਨਾਲ ਇੱਕ ਤਕੜੀ ਫੌਜ ਅਤੇ ਤੋਪਾ ਜੰਬੂਰੇ ਅਤੇ ਰਹਿਕਲੇ ਲੈ ਕੇ ਸਿੰਘਾਂ ਦੇ ਵਿਰੁੱਧ ਉੱਠ ਤੁਰਿਆ। ਇਸ ਵੇਲੇ 15,000 ਸਿੰਘ ਕਾਨੂੰਵਾਨ ਦੇ ਛੰਬ ਦੇ ਆਸ ਪਾਸ ਟਿਕੇ ਹੋਏ ਦਿਨ ਕਟੀ ਕਰ ਰਹੇ ਸਨ ਅਤੇ ਜਥੇਦਾਰਾਂ ਵਿੱਚੋਂ ਪ੍ਰਸਿੱਧ ਸਰਦਾਰ ਕਪੂਰ ਸਿੰਘ, ਸੁੱਖਾ ਸਿੰਘ ਮਾੜੀ ਕੰਬੋ ਵਾਲੇ, ਗੁਰਦਿਆਲ ਸਿੰਘ ਦੱਲੇ ਵਾਲਾ, ਚੜਤ ਸਿੰਘ ਸ਼ੁਕਰ ਚੱਕੀਆ ਅਤੇ ਜੱਸਾ ਸਿੰਘ ਆਲੂ ਵਾਲੀਆ ਉੱਥੇ ਸਨ। ਇਹਨਾਂ ਸਿੰਘਾਂ ਦਾ ਪਤਾ ਲੱਗਣ ਪਰ ਦੀਵਾਨ ਲਖਪਤ ਰਾਏ ਲਾਓ ਲਸ਼ਕਰ ਲੈ ਕੇ ਇਹਨਾਂ ਦੇ ਮਗਰ ਪੈ ਗਿਆ ਅਤੇ ਲੱਗਾ ਝੱਲਾਂ ਨੂੰ ਝਾੜਨ। ਸਿੰਘ ਅੱਗੇ ਲੱਗ ਤੁਰੇ ਅਤੇ ਲਖਪਤ ਰਾਏ ਮਗਰ ਦੱਬੀ ਆਉਂਦਾ ਸੀ। ਕਈ ਵਾਰੀ ਸਿੰਘ ਹੱਲਾ ਕਰਕੇ ਪੈ ਜਾਂਦੇ ਅਤੇ ਜੋ ਦਾਣਾ ਪੱਠਾ ਹੱਥ ਲੱਗਦਾ ਖੋ ਖਿੰਜ ਕੇ ਲੈ ਜਾਂਦੇ, ਪਰ ਲਖਪਤ ਰਾਏ ਦੀਆਂ ਤੋਪਾਂ, ਜੰਬੂਰਿਆਂ ਵਾਲੀ ਫੌਜ ਅਤੇ ਅਣਗਿਣਤ ਆ ਜੁੜੇ ਮੁਲਖਈਏ ਦੇ ਸਾਹਮਣੇ ਕੀ ਪੇਸ਼ ਜਾ ਸਕਦੀ ਸੀ। ਜੋ ਕੁਝ ਸਿੰਘਾਂ ਪਾਸ ਸੀ ਛੇਤੀ ਹੀ ਮੁੱਕ ਗਿਆ। ਹੁਣ ਨਾ ਤਾਂ ਕੋਈ ਰਸਦ ਪੱਠੇ ਦਾ ਸਮਿਆਨ ਸੀ, ਨਾ ਗੋਲੀ ਗੱਠੇ ਦਾ ਪ੍ਰਬੰਧ, ਸਾਰਾ ਮੱਲ ਗੁਜ਼ਾਰ ਵੈਰੀ ਸੀ। ਮੰਗਿਆ ਵੀ ਕੋਈ ਕੁਝ ਦੁਵਾਲ ਨਹੀਂ ਸੀ। ਦੂਸਰੇ ਪਾਸੇ ਲਖਪਤ ਰਾਏ ਦੀ ਫੌਜ ਪਾਸ ਤੋਪਾਂ, ਬੰਦੂਕਾਂ ਸਨ, ਰਸਦ ਪੱਠਾ ਅਤੇ ਗੋਲੀ ਸਿੱਕਾ ਲਾਹੌਰੋਂ ਬਕਾਇਦਾ ਪੁੱਜ ਰਿਹਾ ਸੀ। ਸਰਕਾਰੀ ਹੁਕਮ ਨਾਲ ਪਿੰਡਾਂ ਤੋਂ ਅਣਗਿਣਤ ਲੋਕ ਝੱਲਾਂ ਨੂੰ ਝਾੜਨ ਲਈ ਆ ਪੁੱਜੇ ਸਨ ਅਤੇ ਉਹਨਾਂ ਨੇ ਸਾਰੀ ਪਾਸੀ ਘੇਰਾ ਕੱਤ ਲਿਆ ਸੀ। ਸਿੰਘਾਂ ਤੇ ਵੈਰੀਆਂ ਦਾ ਲੂਣ ਅਤੇ ਆਟੇ ਦਾ ਮੁਕਾਬਲਾ ਵੀ ਨਹੀਂ ਸੀ, ਪਰ ਕਰਤਾਰ ਦੇ ਆਸਰੇ ਸਿੰਘ ਡਟੇ ਹੋਏ ਸਨ। ਹਾਲਤ ਬੜੀ ਭਿਆਨਕ ਅਤੇ ਤਰਸਯੋਗ ਸੀ। ਸਿੰਘ ਹੌਲੀ ਹੌਲੀ ਅੱਗੇ ਪਹਾੜ ਵੱਲ ਵਧਣ ਲੱਗ ਪਏ ਕਿਉਂਕਿ ਪਾਸਿਆਂ ਤੋਂ ਲਖਪਤ ਰਾਏ ਤੋਪਾਂ ਨਾਲ ਭੁੰਨੀ ਜਾ ਰਿਹਾ ਸੀ। ਇਸ ਵੇਲੇ ਸਿਆਣੇ ਸਿਆਣੇ ਸਿੰਘਾਂ ਨੇ ਕਿਹਾ ਕਿ ਲੜਾਈ ਦੇ ਤਾਂ 2.5 ਫੱਟ ਹੁੰਦੇ ਨੇ, ਇੱਕ ਈਨ ਮੰਨਣਾ, ਦੂਸਰਾ ਮੁੜ ਟਾਕਰਾ ਕਰਨ ਦੀ ਆਸ ਨਾਲ ਵੇਖ ਕੇ ਹਰਨ ਹੋ ਜਾਣਾ ਅਤੇ ਅੱਧਾ ਸਾਹਮਣੇ ਡਟ ਕੇ ਮਰ ਮੁੱਕਣਾ। ਹੁਣ ਪਹਿਲੀ ਈਨ ਮੰਨਣ ਵਾਲੀ ਗੱਲ ਦਾ ਤਾਂ ਨਾ ਉਹੀ ਨਾ ਲਓ, ਖਾਲਸਾ ਗੁਰੂ ਤੋਂ ਬਿਨਾਂ ਕਦੀ ਕਿਸੇ ਦੀ ਈਨ ਨਹੀਂ ਮੰਨਦਾ, ਇਸ ਲਈ ਪਿਛਲਾ 1.5 ਫੱਟ ਹੀ ਅਸੀਂ ਕਰ ਸਕਦੇ ਹਾਂ। ਵੈਰੀ ਪਾਸ ਤੋਪਾਂ ਅਤੇ ਰਸਾਲਾ ਹੈ, ਅਸੀਂ ਬਹੁਤੇ ਪੈਦਲ ਹੀ ਹਾਂ, ਇਸ ਲਈ ਸਾਨੂੰ ਘੋੜਿਆਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸੋ ਵੈਰੀ ਨੂੰ ਪਚਲਾਉਣ ਲਈ ਇੱਕ ਦਿਨ ਲੋਡੇ ਵੇਲੇ ਸਿੰਘ ਭੱਜ ਨਿਕਲੇ। ਜਦ ਲਖਪਤ ਰਾਏ ਦੀ ਫੌਜ ਰਾਤ ਨੂੰ ਅਵੇਸਲੀ ਹੋ ਗਈ ਤਾਂ ਸਿੰਘਾਂ ਨੇ ਮੁੜ ਕੇ ਇੱਕਦਮ ਆ ਛਾਪਾ ਮਾਰਿਆ ਅਤੇ ਬਹੁਤ ਸਾਰੇ ਘੋੜੇ ਅਤੇ ਕੁਝ ਖਾਣਾ ਦਾਣਾ ਲੈ ਕੇ ਮੁੜ ਝੱਲਾਂ ਵਿੱਚ ਜਾ ਵੜੇ।
ਇਹ ਦੇਖ ਕੇ ਲਖਪਤ ਰਾਏ ਬੜਾ ਖਿਜਿਆ। ਉਸਨੇ ਬੇਲਦਾਰ ਮੰਗਵਾ ਕੇ ਜੰਗਲ ਬੇਲੇ ਵਿੱਚ ਰਸਤੇ ਸਾਫ਼ ਕਰਾਉਣੇ ਸ਼ੁਰੂ ਕੀਤੇ, ਪਰ ਗਾੜੇ ਚੱਲਾਂ ਵਿੱਚ ਬੇਲਦਾਰਾਂ ਦੀ ਪਹੁੰਚ ਬੜੀ ਔਖੀ ਸੀ ਅਤੇ ਲੁਕੇ ਹੋਏ ਸਿੰਘ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਕੱਢਦੇ ਸਨ। ਜਦ ਹੋਰ ਕਿਸੇ ਤਰ੍ਹਾਂ ਵਿਚਾਰਾ ਨਾ ਚੱਲਦਾ ਵੇਖਿਆ ਤਾਂ ਸਿੰਘਾਂ ਨੂੰ ਝੱਲਾਂ ਤੋਂ ਬਾਹਰ ਕੱਢਣ ਲਈ ਲਖਪਤ ਰਾਏ ਨੇ ਗਾੜੀ ਥਾਈਂ ਅੱਗ ਲਗਵਾ ਦਿੱਤੀ। ਹੁਣ ਸਿੰਘਾਂ ਲਈ ਅਤ ਮੁਸ਼ਕਲ ਬਣ ਗਈ। ਅੱਗੇ ਝੱਲਾਂ ਦਾ ਆਸਰਾ ਸੀ, ਹੁਣ ਉਹ ਵੀ ਨਾ ਰਿਹਾ। ਦੂਜੇ ਲਖਪਤ ਰਾਏ ਨੇ ਤੋਪਾਂ ਦੀ ਮਾਰ ਤੇਜ਼ ਕਰ ਦਿੱਤੀ। ਸਿੰਘ ਭੱਜ ਨਿਕਲੇ, ਮਗਰ ਹੀ ਫੌਜ ਅਤੇ ਮੁਲਖਈਆ, ਕਿਧਰੇ ਖੜਾਉਣ ਨੂੰ ਵੀ ਥਾਂ ਨਾ। ਇੱਕ ਥਾਂ ਤਾਰੂ ਦੇਖ ਕੇ ਦਰਿਆ ਰਾਵੀ ਪਾਰ ਹੋਏ ਅਤੇ ਇਹ ਸੋਚ ਕੇ ਕਿ ਸ਼ਾਇਦ ਪਹਾੜਾਂ ਵਿੱਚ ਚਲੇ ਜਾਣ ਨਾਲ ਹੀ ਬਲਾ ਟਲ ਜਾਏ, ਬਸੋਲੀ ਵੱਲ ਜਾਣ ਲਈ ਪਡੋਲ ਅਤੇ ਕਠੂਹੇ ਵੱਲ ਨੂੰ ਹੋ ਪਏ। ਪਰ ਅੱਗੋਂ ਪਹਾੜੀਆਂ ਨੇ ਰਾਹ ਰੋਕ ਦਿੱਤੇ ਅਤੇ ਜਿੱਧਰ ਨੂੰ ਸਿੰਘ ਜਾਣ ਉਧਰੋਂ ਹੀ ਗੋਲੀਆਂ ਦੀ ਵਰਖਾ ਹੋਣ ਲੱਗ ਪਵੇ। ਪਿੱਛੋਂ ਲਖਪਤ ਰਾਏ ਦੱਬੀ ਆ ਰਿਹਾ ਸੀ। ਸਿੰਘ ਕੁਥਾਹੇ ਫਸ ਗਏ, ਨਾ ਅੱਗੇ ਵੱਧ ਸਕਣ ਨਾ ਪਿੱਛੇ ਹਟ ਸਕਣ। ਕਿਧਰੇ ਘੜੀ ਖੜਾਉਣ ਦੀ ਥਾਂ ਨਹੀਂ ਸੀ। ਸਲਾਹ ਹੋਈ ਕਿ ਜਿਵੇਂ ਹੋ ਸਕੇ ਰਿਆੜਕੀ ਅਤੇ ਦੁਆਬੇ ਵੱਲ ਨੂੰ ਖਿੰਡ ਚਲੋ, ਫਿਰ ਕਦੀ ਇਕੱਠੇ ਹੋ ਕੇ ਲਖਪਤ ਰਾਏ ਨਾਲ ਸੱਜਾਂਗੇ। ਸੋ ਸਿੰਘ ਉਨੀ ਖੁਰੀ ਪਿੱਛੇ ਨੂੰ ਮੁੜ ਪਏ ਅਤੇ ਇੱਕ ਹੱਲਾ ਕਰਕੇ ਫੌਜ ਪਰ ਟੁੱਟ ਪਏ ਅਤੇ ਉਹਨਾਂ ਵਿੱਚ ਪੈ ਗਈ ਗੜਬੜ ਵਿੱਚ ਮਾਰਦੇ ਵੜਦੇ ਚੀਰ ਕੇ ਨਿਕਲ ਗਏ। ਇਸ ਵੇਲੇ ਕੁਝ ਸਿੰਘਾਂ ਨੇ ਲਖਪਤ ਰਾਏ ਦੀ ਵੀ ਭਾਲ ਕੀਤੀ, ਪਰ ਉਹ ਕਿਧਰੇ ਫੌਜ ਦੇ ਪਿੱਛੇ ਹੀ ਸੀ, ਹੱਥ ਨਾ ਆਇਆ। ਸਿੰਘ ਚਾਲੇ ਪਾਏ ਪਰ ਅੱਗੇ ਰਾਵੀ ਨੇ ਰੋਕ ਪਾ ਦਿੱਤੀ। ਦਰਿਆ ਦੀ ਰੋੜ ਇਤਨੀ ਤੇਜ਼ ਸੀ ਕਿ ਕੋਈ ਠਿੱਲ ਨਹੀਂ ਸਕਦਾ ਸੀ। ਇਸ ਵੇਲੇ ਡੱਲੇ ਵਾਲੇ ਸਰਦਾਰ ਗੁਰਦਿਆਲ ਸਿੰਘ ਦੇ ਦੋ ਭਰਾਵਾਂ ਨੇ ਹਿੰਮਤ ਕਰਕੇ ਘੋੜੇ ਦਰਿਆ ਵਿੱਚ ਪਾਏ ਕਿ ਗਾਹਣ ਦਾ ਪਤਾ ਕਰਨ, ਪਰ ਦਰਿਆ ਦੀਆਂ ਠਾਠਾਂ ਅੱਗੇ ਕੋਈ ਪੇਸ਼ ਨਾ ਗਈ, ਨਾ ਘੋੜਿਆਂ ਦਾ ਪਤਾ ਲੱਗਾ, ਨਾ ਘੋੜ ਸਵਾਰਾਂ ਦਾ। ਇਸ ਵੇਲੇ ਸਰਦਾਰ ਜੱਸਾ ਸਿੰਘ ਅਤੇ ਕੁਝ ਹੋਰ ਸਰਦਾਰਾਂ ਨੇ ਕਿਹਾ ਕਿ ਦਰਿਆ ਵਿੱਚ ਡੁੱਬ ਕੇ ਮਰਨ ਨਾਲੋਂ ਸਾਹਮਣੇ ਵੈਰੀ ਨਾਲ ਲੜ ਕੇ ਮਰਨਾ ਚੰਗਾ ਹੈ। ਸੋ ਸਰਦਾਰ ਸੁੱਖਾ ਸਿੰਘ ਦੀ ਅਗਵਾਈ ਵਿੱਚ ਸਿੰਘਾਂ ਨੇ ਕਸੀਸ ਵੱਟ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਉਂਦੇ ਹੱਲਾ ਕਰ ਦਿੱਤਾ। ਬੜੀ ਗਹਿ ਗੱਚ ਲੜਾਈ ਹੋਈ, ਜਿਸ ਵਿੱਚ ਜਸਪਤ ਰਾਏ ਦਾ ਪੁੱਤਰ ਹਰਭਜ ਰਾਏ, ਯਹੀਆ ਖਾਨ ਦਾ ਪੁੱਤਰ ਨਾਹਰ ਖਾਨ, ਫੌਜਦਾਰ ਸੈਫ ਅਲੀ ਖਾਨ, ਕਰਮ ਬਖਸ਼ ਰਸੂਲ ਨਗਰੀਆ, ਅਗਰ ਖਾਨ ਆਦਿ ਮਾਰੇ ਗਏ। ਇਸ ਹੱਲੇ ਵਿੱਚ ਸਿੰਘਾਂ ਦਾ ਵੀ ਬੜਾ ਨੁਕਸਾਨ ਹੋਇਆ ਅਤੇ ਸਰਦਾਰ ਸੁੱਖਾ ਸਿੰਘ ਦੀ ਲੱਤ ਪਰ ਜੰਬੂਰੇ ਦਾ ਗੋਲਾ ਆ ਲੱਗਾ ਅਤੇ ਪੱਟ ਦੀ ਹੱਡੀ ਟੁੱਟ ਗਈ। ਪਰ ਉਸਨੇ ਬੀਰ ਰਸ ਦੀ ਮਸਤੀ ਵਿੱਚ ਪੀੜ ਨਾ ਜਣਾਈ ਅਤੇ ਆਪਣੀ ਪੱਗ ਪਾੜ ਕੇ ਕਾਠੀ ਦੇ ਹੰਨੇ ਨਾਲ ਟੰਗ ਬੰਨ ਰੱਖੀ ਅਤੇ ਘੋੜਾ ਭਜਾ ਕੇ ਇੱਧਰ ਉੱਧਰ ਲੜਦਾ ਰਿਹਾ। ਇਸ ਵੇਲੇ ਸਰਦਾਰ ਜੱਸਾ ਸਿੰਘ ਅਤੇ ਦੂਸਰੇ ਸਰਦਾਰਾਂ ਨੇ ਇੱਕ ਹੋਰ ਭਰਪੂਰ ਹੱਲਾ ਕਰ ਦਿੱਤਾ ਅਤੇ ਵੈਰੀਆਂ ਵਿੱਚ ਗੜਬੜ ਪਾ ਦਿੱਤੀ। ਇਸ ਦਾ ਫਾਇਦਾ ਉਠਾ ਕੇ ਸਿੰਘ ਲੜਦੇ ਭਿੜਦੇ ਸਰਦਾਰ ਸੁੱਖਾ ਸਿੰਘ ਦੇ ਪਿੱਛੇ ਪਿੱਛੇ ਸੰਘਣੇ ਬੇਲੇ ਵਿੱਚ ਜਾ ਵੜੇ। ਇਤਰੇ ਨੂੰ ਰਾਤ ਪੈ ਗਈ। ਇਹ ਭਿਆਨਕ ਦਿਨ 1 ਮਈ ਸੰਨ 1746 ਈਸਵੀ ਸੀ। ਸਿੱਖ ਇਤਿਹਾਸ ਵਿੱਚ ਇਹ ਪਹਿਲਾ ਦਿਨ ਸੀ ਜਦ ਕਿ ਕਿਸੇ ਇੱਕ ਦਿਨ ਵਿੱਚ ਸਿੰਘਾਂ ਦਾ ਇਤਨਾ ਜ਼ਿਆਦਾ ਨੁਕਸਾਨ ਹੋਇਆ। ਇਸੇ ਕਰਕੇ ਇਸ ਦਿਨ ਨੂੰ ਘੱਲੂਘਾਰੇ ਦਾ ਦਿਨ ਆਖਿਆ ਜਾਂਦਾ ਹੈ। ਇਹ ਪਹਿਲਾ ਜਾਂ ਛੋਟਾ ਘੱਲੂਘਾਰਾ ਸੀ। ਦੂਸਰਾ ਵੱਡਾ ਘੱਲੂਘਾਰਾ 5 ਫਰਵਰੀ ਸੰਨ 1762 ਈਸਵੀ ਨੂੰ ਅਹਿਮਦ ਸ਼ਾਹ ਦੁਰਾਨੀ ਹੱਥੋਂ ਹੋਇਆ ਸੀ, ਜਿਸ ਦਾ ਹਾਲ ਅੱਗੇ ਆਵੇਗਾ। ਇੱਥੋਂ ਨਿਕਲ ਚੱਲਣ ਦੀ ਵਿਉਂਤ ਬਣਾ ਕੇ ਅੱਧੀ ਕੁ ਰਾਤ ਨੂੰ ਸਰਦਾਰ ਜੱਸਾ ਸਿੰਘ ਅਤੇ ਸੁੱਖਾ ਸਿੰਘ ਨੇ ਕਿਹਾ, ਖਾਲਸਾ ਜੀ, ਵੈਰੀਆਂ ਨੂੰ ਇੱਕ ਸੱਟ ਮਾਰਨ ਦਾ ਹੁਣ ਵੇਲਾ ਹੈ। ਸਾਨੂੰ ਹਰਨ ਹੋਇਆ ਵੇਖ ਕੇ ਵੈਰੀ ਬੇਖਟਕੇ ਸੋ ਗਏ ਸਨ, ਹੁਣ ਉਹਨਾਂ ਨੂੰ ਨੀਂਦ ਦੇ ਦੱਬਿਆ ਹੋਇਆ ਹੈ। ਇਸ ਲਈ ਹੱਲਾ ਕਰਕੇ ਅਸੀਂ ਉਹਨਾਂ ਪਾਸੋਂ ਕੁਝ ਘੋੜੇ ਅਤੇ ਸ਼ਸਤਰ ਸੌਖੇ ਹੀ ਲਿਆ ਸਕਾਂਗੇ। ਇਹ ਗੱਲ ਸਭ ਸਿੰਘਾਂ ਪ੍ਰਵਾਨ ਕਰ ਲਈ ਅਤੇ ਧਾਵਾ ਕਰਕੇ ਜਾ ਪਏ। ਚਟਾਪਟ ਬੇਸ਼ੁਮਾਰ ਨੂੰ ਕੱਟ ਵੱਡ ਚੰਗੇ ਚੰਗੇ ਘੋੜੇ ਅਤੇ ਹਥਿਆਰ ਲੈ ਕੇ ਵੈਰੀਆਂ ਦੇ ਮਸਾਲਾ ਜਗਾਉਣ ਤੋਂ ਪਹਿਲਾਂ ਹੀ ਕੰਡਿਆਲੇ ਝੱਲਾਂ ਵਿੱਚ ਵੜ ਗਏ। ਛੇਤੀ ਹੀ ਮਗਰੋਂ ਲਖਪਤ ਰਾਏ ਵੀ ਸਣੇ ਫੌਜ ਆ ਗਿਆ ਅਤੇ ਮੁਲਖਈਆ ਸਿੰਘਾਂ ਦੇ ਪਿੱਛੇ ਪਾ ਦਿੱਤਾ। ਘੋੜਿਆਂ ਵਾਲੇ ਸਿੰਘ ਤਾਂ ਥੋੜੇ ਹੀ ਸਨ, ਬਹੁਤੀ ਵਹੀਰ ਪਿਆਦਾ ਹੀ ਸੀ, ਜਿਸ ਦੀ ਰਾਖੀ ਕਰਨਾ ਅਤੇ ਨਾਲ ਲਈ ਜਾਣਾ ਜ਼ਰੂਰੀ ਸੀ। ਇਸ ਲਈ ਸਿੰਘ ਚੱਲਦੇ ਚੱਲਦੇ ਪਿੱਛੇ ਮੁੜ ਕੇ ਲੜਦੇ ਸਨ ਅਤੇ ਲੜਦੇ ਲੜਦੇ ਅੱਗੇ ਨੂੰ ਤੁਰੀ ਜਾ ਰਹੇ ਸਨ। ਲਖਪਤ ਰਾਏ ਦੀ ਫੌਜ ਦੇ ਨਾਲ ਮੋਹਰੇ ਮੋਹਰੇ ਢੋਲ ਵੱਜਦਾ ਜਾ ਰਿਹਾ ਸੀ ਅਤੇ ਪਿੰਡਾਂ ਦੀਆਂ ਛੇੜਾਂ ਬੰਦੂਕਾਂ, ਸੇਲੇ ਨੇਜੇ ਅਤੇ ਛਵੀਆਂ ਕੁਹਾੜੀਆਂ ਲਈ ਛੰਬ ਦੇ ਝੱਲਾਂ ਨੂੰ ਇਉਂ ਝਾੜ ਰਹੀਆਂ ਸਨ ਜਿਵੇਂ ਸ਼ਿਕਾਰੀ ਕੁੱਤੇ ਝਾੜੀਆਂ ਵਿੱਚ ਹਰਨਾਂ ਪਿੱਛੇ ਪਏ ਹੋਏ ਹੋਣ।
ਇਹ ਵੇਲਾ ਵਹੀਰ ਲਈ ਬੜਾ ਹੀ ਔਖਦਾ ਸੀ, ਪਰ ਸਤਿਗੁਰੂ ਦੀ ਓਟ ਲੈ ਕੇ ਸਿੰਘਾਂ ਨੇ ਮੁੜ ਕੇ ਉਹ ਹੱਲੇ ਕੀਤੇ ਕਿ ਮਲਖਈਆ ਭੱਜ ਨਿਕਲਿਆ। ਸੱਟ ਖਾ ਕੇ ਚੁੰਝਲਾਏ ਹੋਏ ਸ਼ੇਰਾਂ ਦੀ ਚਪਟ ਦਾ ਟਾਕਰਾ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ। ਜਾਨਾ ਹੀਲ ਕੇ ਲੜਨ ਵਾਲੇ ਸੂਰਮਿਆਂ ਦੇ ਸਾਹਮਣੇ ਮੇਲਾ ਵੇਖਣ ਆਈਆਂ ਧਾੜਾਂ ਨੇ ਕੀ ਖੜਾ ਹੋਣਾ ਹੋਇਆ। ਸਤਿ ਸ਼੍ਰੀ ਅਕਾਲ ਦੇ ਜਕਾਰੇ ਗਜਾਉਂਦੇ ਤਲਵਾਰਾਂ ਸੂਤ ਕੇ ਸਿੰਘਾਂ ਦੇ ਇਹਨਾਂ ਵੱਲ ਹੋਣ ਦੀ ਦੇਰ ਸੀ ਕਿ ਸਭ ਨੂੰ ਆਪੋ ਆਪਣੀ ਪੈ ਗਈ ਅਤੇ ਜਾਨ ਬਚਾ ਕੇ ਭੱਜਣ ਦੀ ਕੀਤੀ। ਹੁਣ ਸਿੰਘਾਂ ਨੇ ਦੱਬ ਨੂੰ ਤੁੱਲੇ ਬਣਾ ਕੇ ਇੱਕ ਥਾਂ ਪੇਤਲੇ ਪਤਣੋਂ ਰਾਵੀ ਪਾਰ ਕੀਤੀ ਅਤੇ ਰਿਆੜਕੀ ਵਿੱਚ ਪੁੱਜੇ। ਸਿਖਰ ਦੁਪਹਿਰ ਦਾ ਵੇਲਾ ਸੀ ਅਤੇ ਜੇਠ ਦੀ ਕੜਕ ਦੀ ਧੁੱਪ। ਘੋੜਿਆਂ ਵਾਲੇ ਤਾਂ ਕੱਟ ਗੁਜ਼ਰੇ, ਪਰ ਵਾਹਣੇ ਪੈਰਾਂ ਵਾਲਿਆਂ ਲਈ ਕੰਢੇ ਤੇ 3 ਮੀਲ ਦੀ ਬਰੇਤੀ ਇੱਕ ਤਪਦੀ ਭੱਠੀ ਵਾਂਗੂ ਸੀ। ਉਹਨਾਂ ਦੇ ਪੈਰ ਸੜਦੇ ਜਾਣ ਅਤੇ ਉਹ ਲੱਗੇ ਫੜਕ ਫੜਕ ਕੇ ਡਿੱਗਣ। ਜੁੱਤੀਆਂ ਉਹਨਾਂ ਕੋਲ ਹੈ ਨਹੀਂ ਸਨ ਅਤੇ ਨਾ ਹੀ ਕੋਈ ਵਾਧੂ ਕੱਪੜਾ ਸੀ। ਆਖਰ ਉਹਨਾਂ ਵਿਚਾਰਿਆਂ ਨੇ ਤਨ ਦੇ ਕੱਪੜੇ ਪਾੜ ਪਾੜ ਕੇ ਪੈਰਾਂ ਨੂੰ ਬੰਨੇ। ਜਦ ਬੈਠ ਕੇ ਕੱਪੜੇ ਬੰਨਣ ਤਾਂ ਹੇਠੋਂ ਪੱਟ ਅਤੇ ਹੋਰ ਸਰੀਰ ਸੜੇ, ਕਈਆਂ ਦੇ ਛਾਲੇ ਪੈ ਗਏ ਅਤੇ ਉਹ ਤੁਰਨ ਨੂੰ ਆਤਰ ਹੋ ਗਏ, ਪਰ ਔਖੇ ਸੌਖੇ ਉਹ ਕਸੀਸ ਵੱਟੀ ਤੁਰੀ ਗਏ। ਇਹ ਰਾਮੇ ਰੰਧਾਵੇ ਦਾ ਇਲਾਕਾ ਸੀ ਜੋ ਸਰਵਰ ਸੁਲਤਾਨੀਆ ਸੀ ਅਤੇ ਸਿੰਘਾਂ ਦਾ ਰੱਬ ਵਾਸਤੇ ਵੈਰੀ ਸੀ। ਇਸਨੇ ਜ਼ਕਰੀਆ ਖਾਨ ਪਾਸ ਮੁਖਬਰੀ ਕਰਕੇ ਕਈ ਵਾਰੀ ਸਿੰਘ ਫੜਵਾਏ ਅਤੇ ਮਰਵਾਏ ਸਨ। ਇਹ ਲਖਪਤ ਰਾਏ ਦਾ ਹਮਾਇਤੀ ਬਣ ਗਿਆ। ਇਸ ਪਾਸੋਂ ਸਿੰਘਾਂ ਨੂੰ ਕੀ ਆਸ ਹੋਣੀ ਸੀ? ਉਸ ਬਾਬਤ ਮਾਝੇ ਦੇ ਸਿੰਘਾਂ ਵਿੱਚ ਅੱਗੇ ਹੀ ਮਸ਼ਹੂਰ ਸੀ ਕਿ ਦੇਸ ਨਾ ਰਾਮੇ ਕੇ ਤੁਮ ਜਾਇਓ, ਡੇਲਾ ਬਾਟਾ ਮਾਝੇ ਖਾਇਓ। ਅਰਥਾਤ ਜੇ ਅੱਤ ਦੀ ਭੀੜ ਵੀ ਬਣ ਜਾਵੇ ਤਾਂ ਵੀ ਮਾਝੇ ਵਿੱਚ ਡੇਲੇ ਬੇਲੇ ਅਤੇ ਕਰੀਰ ਦੇ ਫੁੱਲ ਪੱਤੇ ਖਾ ਕੇ ਗੁਜ਼ਾਰਾ ਕਰ ਲੈਣਾ, ਪਰ ਰਾਮੇ ਰੰਧਾਵੇ ਦੇ ਇਲਾਕੇ ਵਿੱਚ ਨਾ ਜਾਣਾ। ਇਸ ਲਈ ਸਿੰਘਾਂ ਨੇ ਇੱਕ ਅੱਧਾ ਦਿਨ ਇੱਥੇ ਚੱਲਾਂ ਵਿੱਚ ਕੱਟਿਆ ਅਤੇ ਪਿੰਡਾਂ ਦੀਆਂ ਛੇੜਾਂ ਨੂੰ ਮਾਰ ਕੁੱਟ ਕੇ ਰਾਹ ਬਣਾ ਕੇ ਸ੍ਰੀ ਹਰਗੋਬਿੰਦਪੁਰ ਦੇ ਪੱਤਣੋਂ ਬਿਆਸਾ ਪਾਰ ਕਰਕੇ ਦੁਆਬੇ ਵਿੱਚ ਦਾਖਲ ਹੋਏ ਅਤੇ ਮੀਰਕੋਟ ਦੀ ਝੜੀ ਵਿੱਚ ਜਾ ਡੇਰਾ ਕੀਤਾ। ਸਿੰਘ ਕਈ ਦਿਨਾਂ ਦੇ ਭੁੱਖੇ ਸਨ। ਇਹਨਾਂ ਪਾਸ ਨਾ ਕੋਈ ਰਸਦ ਸੀ, ਨਾ ਕੋਈ ਭਾਂਡਾ ਟੇਂਡਾ। ਲਾਗਲੇ ਪਿੰਡਾਂ ਤੋਂ ਆਟਾ ਦਾਣਾ ਲਿਆ, ਘੋੜੇ ਚੁਗਣੇ ਛੱਡ ਦਿੱਤੇ ਅਤੇ ਆਪ ਢਾਲਿਆਂ ਉੱਤੇ ਹੀ ਪ੍ਰਸਾਦੇ ਤਿਆਰ ਕਰਨ ਲੱਗ ਪਏ। ਅਜੇ ਸਾਰਿਆਂ ਨੇ ਛਕੇ ਨਹੀਂ ਸਨ ਕਿ ਦੁਆਬੇ ਦਾ ਹਾਕਮ ਅਲਾਵਲਪੁਰ ਆਦਿ ਦੇ ਪਠਾਣਾਂ ਨੂੰ ਨਾਲ ਲੈ ਕੇ ਆ ਪੁੱਜਾ। ਇਹਨਾਂ ਨੂੰ ਤਾਂ ਸਿੰਘ ਸੋਧ ਕੱਢਦੇ, ਪਰ ਪਿੱਛੇ ਖਬਰ ਆ ਪੁੱਜੀ ਕਿ ਲਖਪਤ ਰਾਏ ਵੀ ਤੋਪਾਂ ਸਮੇਤ ਬਿਆਸਾ ਪਾਰ ਕਰ ਆਇਆ ਹੈ। ਇਸ ਲਈ ਸਿੰਘਾਂ ਨੇ ਸਬਰ ਦਾ ਘੁੱਟ ਪੀ ਕੇ ਬਾਂਗਾ ਫੜ ਲਈਆਂ ਅਤੇ ਵਹੀਰ ਨੂੰ ਲੈ ਕੇ ਤੁਰ ਪਏ ਅਤੇ ਅਲੀਵਾਲ ਦੇ ਪੱਤਣੋਂ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਜਾ ਪੁੱਜੇ। ਇਸ ਮੁਹਿੰਮ ਵਿੱਚ ਕੋਈ 7,000 ਸਿੰਘ ਮਾਰੇ ਗਏ ਅਤੇ ਇਹਨਾਂ ਦਿਨਾਂ ਵਿੱਚ 3,000 ਫੜੇ ਗਏ। ਇਹਨਾਂ ਵਿੱਚ ਉਹ ਸਿੰਘ ਵੀ ਸਨ ਜਿਨ੍ਹਾਂ ਨੂੰ ਬਸੋਹਲੀ ਵਾਲੇ ਪਹਾੜੀਆਂ ਅਤੇ ਹੋਰਨਾਂ ਨੇ ਬੰਨ੍ਹ ਕੇ ਲਾਹੌਰ ਭੇਜ ਦਿੱਤਾ ਸੀ। ਇਹ ਸਾਰੇ ਲਾਹੌਰ ਦਿੱਲੀ ਦਰਵਾਜ਼ਿਓਂ ਬਾਹਰ ਘੋੜ ਮੰਡੀ ਵਿੱਚ ਬੜੀ ਬੇਦਰਦੀ ਨਾਲ ਕਤਲ ਕਰ ਦਿੱਤੇ ਗਏ। ਇਹ ਸਿੰਘਾਂ ਦੀ ਕਤਲਗਾਹ ਸੀ। ਇੱਥੇ ਸ਼ਹੀਦਾਂ ਦੇ ਸਿਰਾਂ ਅਤੇ ਧੜਾਂ ਦੇ ਢੇਰਾਂ ਦੇ ਢੇਰ ਲੱਗਦੇ ਰਹੇ। ਇਸੇ ਕਰਕੇ ਇਹ ਥਾਂ ਸ਼ਹੀਦ ਗੰਜ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ। ਸਿੰਘਾਂ ਵਿਰੁੱਧ ਲਖਪਤ ਰਾਏ ਦੀ ਮੁਹਿੰਮ ਵਿੱਚ ਹੋਏ ਇਤਨੇ ਜ਼ਿਆਦਾ ਨੁਕਸਾਨ ਦੇ ਕਾਰਨ ਇਸ ਸਾਰੇ ਵਾਕੇ ਨੂੰ ਵੀ ਪਹਿਲੇ ਜਾਂ ਛੋਟੇ ਘੱਲੇਕਾਰੂ ਦਾ ਨਾਂ ਦਿੱਤਾ ਗਿਆ ਹੈ। ਇਸ ਵੇਲੇ ਸਰਦਾਰ ਜੱਸਾ ਸਿੰਘ, ਸਰਦਾਰ ਸੁੱਖਾ ਸਿੰਘ ਅਤੇ ਨਵਾਬ ਕਪੂਰ ਸਿੰਘ ਦੇ ਨਾਲ ਹੀ ਮਾਲਵੇ ਵਿੱਚ ਆਇਆ ਅਤੇ ਬਰਾੜਾਂ ਦੇ ਇਲਾਕੇ ਵਿੱਚ ਕੋਟਕਪੂਰੇ ਠਹਿਰਿਆ। ਬਾਕੀ ਦੇ ਸਿੰਘ ਵੀ ਥਾਂ ਥਾਂ ਖਿਲਰ ਗਏ। ਸੁੱਖਾ ਸਿੰਘ ਜੈਤੋ ਜਾ ਟੁਕਿਆ, ਨਵਾਬ ਕਪੂਰ ਸਿੰਘ ਵਜੂਕੇ, ਹਰੀ ਸਿੰਘ ਦਿਆਲਪੁਰੇ, ਚੜਤ ਸਿੰਘ ਪੱਕੇ ਪਥਰਾਲੇ ਆਦਿ ਕੁਝ ਕੁ ਡਰੋਲੀ ਦੇ ਆਲੇ ਦੁਆਲੇ ਜਾ ਟਿਕੇ। ਗੱਲ ਕੀ ਜਿੱਥੇ ਕਿਧਰੇ ਕਿਸੇ ਦੀ ਠਾਹਰ ਬਣੀ ਜਾ ਟਿਕਿਆ। ਲਛਮੀ ਨਾਰਾਇਣ ਨਾਲ ਟਾਕਰਾ। ਭਾਜੜਾਂ, ਜੰਗਾਂ, ਭੁੱਖਾਂ ਅਤੇ ਮੁਸੀਬਤਾਂ ਦੇ ਝੰਝੋੜੇ ਹੋਏ ਸਿੰਘ 6 ਕੁ ਮਹੀਨਿਆਂ ਵਿੱਚ ਮੁੜ ਆਪਣੀ ਪਹਿਲੀ ਲਹਿਰੇ ਆ ਗਏ ਅਤੇ ਸਰਕਾਰ ਦੇ ਵਿਰੁੱਧ ਥਾਂ ਥਾਈਂ ਉੱਠ ਖੜੋਏ ਅਤੇ ਸਭ ਤੋਂ ਪਹਿਲਾਂ ਆਪੋ ਆਪਣੇ ਇਲਾਕਿਆਂ ਵਿੱਚ ਮੱਲਾਂ ਮਾਰਨ ਲੱਗ ਪਏ। ਇਸ ਵੇਲੇ ਸਰਦਾਰ ਜੱਸਾ ਸਿੰਘ, ਚਰਤ ਸਿੰਘ ਸੁਕਰ ਚੱਕੀਆ ਅਤੇ ਹਰੀ ਸਿੰਘ, ਝੰਡਾ ਸਿੰਘ ਅਤੇ ਗੰਡਾ ਸਿੰਘ ਇਕੱਠੇ ਹੀ ਸਨ ਅਤੇ ਮੱਲਾਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਦੇ ਸਨ। ਸਿੰਘਾਂ ਦੀ ਵੱਧ ਰਹੀ ਤਾਕਤ ਅਤੇ ਉਹਨਾਂ ਦੀਆਂ ਮੱਲਾਂ ਮਾਰਾਂ ਦੀਆਂ ਖਬਰਾਂ ਜਦ ਲਾਹੌਰ ਪੁੱਜੀਆਂ ਤਾਂ ਯਹੀਆ ਖਾਨ ਨੇ ਸਰਹੰਦ ਦੇ ਦੀਵਾਨ ਲਛਮੀ ਨਾਰਾਇਣ ਨੂੰ ਸਿੰਘਾਂ ਦੇ ਵਿਰੁੱਧ ਚੜ੍ਹਾਈ ਕਰਨ ਦਾ ਹੁਕਮ ਦਿੱਤਾ। ਦਲ ਦੇ ਕੁਝ ਸਿੰਘ ਤਾਂ ਬਾਹਰ ਛਿੜੇ ਹੋਏ ਸਨ ਅਤੇ ਕੁਝ ਘਰਾਂ ਨੂੰ ਗਏ ਹੋਏ ਸਨ। ਸਰਦਾਰ ਜੱਸਾ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘ ਇਸ ਵੇਲੇ ਗੁੱਜਰਵਾਲ ਡੇਰੇ ਪਾਈ ਬੈਠੇ ਸਨ ਕਿ ਲਛਮੀ ਨਾਰਾਇਣ ਅਚਨਚੇਤ ਆ ਪਿਆ।
ਸਿੰਘਾਂ ਦੀ ਗਿਣਤੀ ਭਾਵੇਂ ਥੋੜੀ ਹੀ ਸੀ ਪਰ ਫੇਰ ਵੀ ਡਟ ਗਏ। ਪਰ ਲੜਾਈ ਵਿੱਚ ਲਕਸ਼ਮੀ ਨਾਰਾਇਣ ਦਾ ਪਾਸਾ ਭਾਰੀ ਸੀ। ਜਦ ਲੜਦਿਆਂ ਲੜਦਿਆਂ ਸ਼ਾਮ ਹੋ ਗਈ ਤਾਂ ਰਾਤ ਨੂੰ ਸਲਾਹ ਹੋਈ ਕਿ ਇੱਥੇ ਸਾਡਾ ਕਿਹੜਾ ਕੋਈ ਕਿੱਲਾ ਕੋਟ ਹੈ ਜੋ ਵੈਰੀ ਨੇ ਸਾਡੇ ਕੂਚ ਕਰ ਜਾਣ ਨਾਲ ਮੱਲ ਲੈਣਾ ਹੈ। ਇਸ ਲਈ ਸਾਨੂੰ ਇੱਥੋਂ ਵੱਖਰੇ ਵੱਖਰੇ ਪਾਸਿਆਂ ਨੂੰ ਖਿੰਡ ਜਾਣਾ ਚਾਹੀਦਾ ਹੈ। ਇਸ ਸਲਾਹ ਨੂੰ ਸਭ ਨੇ ਪ੍ਰਵਾਨ ਕਰ ਲਿਆ ਅਤੇ ਲਕਸ਼ਮੀ ਨਾਰਾਇਣ ਦੇ ਦੂਸਰੇ ਹੱਲੇ ਤੋਂ ਪਹਿਲਾਂ ਹੀ ਸਾਰੇ ਇੱਧਰ ਉੱਧਰ ਖਿੰਡ ਗਏ। ਇਸ ਵੇਲੇ ਦੀਆਂ ਖਾਲਸੇ ਦੀਆਂ ਮੱਲਾਂ ਮਾਰਾਂ ਕੇਵਲ ਉਗਰਾਹੀ ਅਤੇ ਨਜ਼ਰਾਨਿਆਂ ਤੱਕ ਹੀ ਹੁੰਦੀਆਂ ਸਨ ਅਤੇ ਉਹ ਵੀ ਦਲ ਦੇ ਗੁਜ਼ਾਰੇ ਲਈ, ਕੋਈ ਪੱਕੇ ਕਬਜ਼ੇ ਨਹੀਂ ਹੁੰਦੇ। ਲਾਹੌਰ ਵਿੱਚ ਹਾਲ ਤੱਕ ਯਹੀਆ ਖਾਨ ਅਤੇ ਉਸ ਦੇ ਦੀਵਾਨ ਲਖਪਤ ਰਾਏ ਦਾ ਕਾਫ਼ੀ ਜ਼ੋਰ ਸੀ ਅਤੇ ਉਹ ਲੱਗਦੀ ਵਾਹ ਖਾਲਸੇ ਨੂੰ ਕਿਧਰੇ ਟਿੱਕੇ ਬਹਿਣ ਨਹੀਂ ਸਨ ਦਿੰਦੇ। ਜਦ ਵੀ ਉਹਨਾਂ ਨੂੰ ਕਿਸੇ ਜਥੇ ਦਾ ਪਤਾ ਲੱਗਦਾ ਤਾਂ ਲਖਪਤ ਰਾਏ ਫੌਜ ਅਤੇ ਮੁਲਖਈਆ ਇਕੱਠਾ ਕਰਕੇ ਉਹਨਾਂ ਦੇ ਪਿੱਛੇ ਪੈ ਜਾਂਦਾ ਅਤੇ ਸਿੰਘਾਂ ਨੂੰ ਵੀ ਸਮਾਂ ਟਪਾਉਣ ਲਈ ਇੱਧਰ ਉੱਧਰ ਹੋ ਜਾਣਾ ਪੈਂਦਾ। ਇਹਨਾਂ ਦਿਨਾਂ ਵਿੱਚ ਹੀ ਸਿੰਘਾਂ ਨੇ ਕਸੂਰ ਉੱਤੇ ਹੱਲਾ ਕਰਕੇ ਉਗਰਾਹੀ ਕਰਨ ਦਾ ਯਤਨ ਕੀਤਾ ਪਰ ਪੂਰੀ ਤਰ੍ਹਾਂ ਸਫਲ ਨਾ ਹੋ ਸਕੇ। ਲਖਪਤ ਰਾਏ ਦਾ ਐਲਾਨ। ਉੱਧਰ ਘੱਲੂਕਾਰੇ ਦੀ ਮੁਹਿੰਮੋਂ ਮੁੜਦੇ ਹੀ ਲਖਪਤ ਰਾਏ ਨੇ ਲਾਹੌਰ ਪੁੱਜ ਕੇ ਹੋਰ ਅੱਤ ਚੁੱਕ ਲਈ। ਸਿੱਖਾਂ ਦੇ ਗੁਰਦੁਆਰੇ ਬੰਦ ਕਰਵਾ ਦਿੱਤੇ ਅਤੇ ਕਈ ਢੁਹਾ ਦਿੱਤੇ, ਗ੍ਰੰਥ ਪੋਥੀਆਂ ਨੂੰ ਅੱਗ ਲਗਵਾ ਦਿੱਤੀ ਜਾਂ ਖੂਹਾਂ ਵਿੱਚ ਸਟਵਾ ਦਿੱਤੀਆਂ ਅਤੇ ਐਲਾਨ ਕਰ ਦਿੱਤਾ ਕਿ ਇੱਕ ਖੱਤਰੀ ਨੇ ਇਹ ਪੰਥ ਚਲਾਇਆ ਸੀ, ਹੁਣ ਮੈਂ ਇੱਕ ਖੱਤਰੀ ਨੂੰ ਮਾਰ ਮੁਕਾਇਆ ਹੈ ਅਤੇ ਸਿੰਘ ਖਤਮ ਕਰ ਦਿੱਤੇ ਹਨ। ਜੇ ਕੋਈ ਬਚਿਆ ਸੀ ਉਸ ਨੂੰ ਦੇਸੋਂ ਕੱਢ ਦਿੱਤਾ ਹੈ। ਅੱਗੇ ਨੂੰ ਕੋਈ ਗੁਰਬਾਣੀ ਨਾ ਪੜ੍ਹੇ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਨਾਂ ਨਾ ਲਵੇ, ਨਹੀਂ ਤਾਂ ਪੇਟ ਚਾਕ ਕਰ ਦਿੱਤਾ ਜਾਏਗਾ। ਕੋਈ ਗੁੜ ਸ਼ਬਦ ਨਾ ਵਰਤੇ, ਇਸ ਨਾਲ ਗੁਰ ਗੁਰੂ ਯਾਦ ਆਉਂਦਾ ਹੈ, ਭੇਲੀ ਕਹੇ ਇਤ ਆਦਿ। ਉਸ ਨੂੰ ਖਿਆਲ ਸੀ ਕਿ ਸ਼ਾਇਦ ਇਸ ਤਰ੍ਹਾਂ ਸਿੰਘਾਂ ਅਤੇ ਸਿੱਖੀ ਨੂੰ ਉੱਕਾ ਹੀ ਮਿਟਾਇਆ ਜਾ ਸਕੇਗਾ। ਪਰ ਜਾ ਕੋ ਰਾਖੇ ਹਰ ਰਾਖਣ ਹਾਰਾ, ਤਾ ਕੋ ਕੋਏ ਨਾ ਸਾਕਸ ਮਾਰਾ। ਅਤੇ ਛੇਤੀ ਹੀ ਵਿਧੀ ਕੁਝ ਇਸ ਤਰ੍ਹਾਂ ਆ ਬਣੀ ਕਿ ਨਾ ਯਹੀਆ ਖਾਨ ਦੀ ਹਕੂਮਤ ਰਹੀ ਅਤੇ ਨਾ ਲਖਪਤ ਰਾਏ ਦੀ ਦੀਵਾਨੀ। ਅਧਿਆਏ 6 ਸ਼ਾਹ ਨਿਵਾਜ਼ ਖਾਨ ਦੀ ਹਕੂਮਤ ਅਤੇ ਦੁਰਾਨੀ ਦਾ ਪਹਿਲਾ ਹੱਲਾ। 10 ਮਾਰਚ ਸੰਨ 1746 ਨੂੰ ਸੋਮਵਾਰੀ ਮੱਸਿਆ ਦੇ ਦਿਨ ਜਦ ਯਹੀਆ ਖਾਨ ਦੇ ਦੀਵਾਨ ਲਖਪਤ ਰਾਏ ਨੇ ਲਾਹੌਰ ਦੇ ਕਈ ਬੇਦੋਸੇ ਚਕਰੈਲ ਅਤੇ ਦੁਕਾਨਦਾਰ ਸਿੱਖ ਕਤਲ ਕਰਵਾ ਦਿੱਤੇ ਤਾਂ ਦੀਵਾਨ ਲੱਛੀ ਰਾਮ, ਦੀਵਾਨ ਕੌੜਾ ਮੱਲ, ਸੰਤ ਜਗਤ ਭਗਤ ਅਤੇ ਹੋਰ ਪਤਵੰਤਿਆਂ ਨੂੰ ਬੜਾ ਅਫਸੋਸ ਅਤੇ ਦੁੱਖ ਹੋਇਆ। ਸੰਤ ਜੀ ਨੇ ਤਾਂ ਨਿਰਾਸਤਾ ਵਿੱਚ ਉਸ ਨੂੰ ਸਰਾਪ ਹੀ ਦੇ ਦਿੱਤਾ ਸੀ ਕਿ ਤੇਰੀ ਜੜ ਨਾ ਰਹੋ, ਅਤੇ ਦੀਵਾਨ ਕੌੜਾ ਮੱਲ ਲਾਹੌਰ ਨੂੰ ਛੱਡ ਕੇ ਮੁਲਤਾਨ ਨੂੰ ਤੁਰ ਗਏ ਜਿੱਥੇ ਯਹੀਆ ਖਾਨ ਦਾ ਛੋਟਾ ਭਾਈ ਮਿਰਜ਼ਾ ਹਯਾਤੁੱਲਾ ਖਾਨ, ਜਿਸ ਨੂੰ ਨਾਦਰ ਸ਼ਾਹ ਨੇ ਸ਼ਾਹ ਨਿਵਾਜ਼ ਖਾਨ ਦਾ ਖਿਤਾਬ ਅਤੇ ਮੁਲਤਾਨ ਦੀ ਹਕੂਮਤ ਦਿੱਤੀ ਸੀ, ਗਵਰਨਰ ਸੀ। ਦੀਵਾਨ ਕੌੜਾ ਮੱਲ ਦੇ ਮੁਲਤਾਨ ਜਾਣ ਦਾ ਇਹ ਭਾਵ ਜਾਪਦਾ ਹੈ, ਜਿਵੇਂ ਕਿ ਬਾਅਦ ਦੇ ਵਾਕਿਆ ਤੋਂ ਪਤਾ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਉੱਥੇ ਜਾਣ ਨਾਲ ਲਾਹੌਰ ਵਿੱਚ ਸਿੰਘਾਂ ਪਰ ਹੋ ਰਹੀ ਸਖ਼ਤੀ ਰੋਕਣ ਦੀ ਕੋਈ ਸਬੀਲ ਬਣ ਸਕੇ। ਜਿਤਨੀ ਦੇਰ ਯਹੀਆ ਖਾਨ ਲਾਹੌਰ ਦਾ ਹਾਕਮ ਸੀ, ਸਿੰਘਾਂ ਦੀ ਇੱਕ ਮੁੱਢੋ ਕੀਤੀ ਜਾ ਰਹੀ ਕਤਲਾਮ ਦੇ ਬੰਦ ਹੋਣ ਦੀ ਕੋਈ ਆਸ ਨਹੀਂ ਸੀ ਜਾਪਦੀ। ਇਸ ਲਈ ਇਸ ਜ਼ੁਲਮ ਦੇ ਰੋਕਣ ਲਈ ਯਹੀਆ ਖਾਨ ਦੀ ਹਕੂਮਤ ਦਾ ਖਤਮ ਹੋਣਾ ਜ਼ਰੂਰੀ ਸੀ। ਮੁਲਤਾਨ ਪੁੱਜ ਕੇ ਕੌੜਾ ਮੱਲ ਨੇ ਆਪਣੀ ਲਿਆਕਤ ਅਤੇ ਪੁਰਾਣੇ ਰਸੂਖ ਨਾਲ ਛੇਤੀ ਹੀ ਕਾਫ਼ੀ ਤਾਕਤ ਪੈਦਾ ਕਰ ਲਈ। ਜ਼ਕਰੀਆ ਖਾਨ ਦੇ ਮਰਨ ਪਿੱਛੋਂ ਯਹੀਆ ਖਾਨ ਲਾਹੌਰ ਦਾ ਹਾਕਮ ਬਣਿਆ ਸੀ ਤਾਂ ਪਿਤਾ ਦੀ ਸਾਰੀ ਜਾਇਦਾਦ ਦਾ ਇਕੱਲਾ ਹੀ ਮਾਲਕ ਬਣ ਬੈਠਾ ਸੀ ਅਤੇ ਆਪਣੇ ਛੋਟੇ ਭਾਈ ਸ਼ਾਹ ਨਿਵਾਜ਼ ਖਾਨ ਨੂੰ ਉਸ ਦਾ ਹਿੱਸਾ ਦੇਣ ਨੂੰ ਤਿਆਰ ਨਹੀਂ ਸੀ। ਇਸ ਲਈ ਸ਼ਾਹ ਨਿਵਾਜ਼ ਖਾਨ ਨਵੰਬਰ ਸੰਨ 1746 ਨੂੰ ਲਾਹੌਰ ਆਇਆ ਅਤੇ ਦੀਵਾਨ ਸੂਰਤ ਸਿੰਘ ਰਾਹੀਂ ਗੱਲਬਾਤ ਸ਼ੁਰੂ ਕੀਤੀ, ਪਰ ਯਹੀਆ ਖਾਨ ਨੇ ਇੱਕ ਨਾ ਸੁਣੀ। ਸ਼ਾਹ ਨਿਵਾਜ਼ ਖਾਨ ਨੇ ਦੁਆਬੇ ਦੇ ਫੌਜਦਾਰ ਅਦੀਨਾ ਬੇਗ ਖਾਨ ਨੂੰ ਨਾਲ ਰਲਾ ਲਿਆ ਅਤੇ ਉਸ ਨੂੰ ਨਾਲ ਲੈ ਕੇ ਦੀਵਾਨ ਕੌੜਾ ਮੱਲ, ਹਸ਼ਮਤੁੱਲਾ ਖਾਨ ਆਦਿ ਆਪਣੇ ਮੁਹਤਬਰ ਸਰਦਾਰਾਂ ਸਣੇ ਸ਼ਾਲਾਮਾਰ ਬਾਗ ਦੇ ਲਾਗੇ ਆਪਣੇ ਪਿਤਾ ਦੀ ਕਬਰ ਪਾਸ ਆ ਡੇਰੇ ਲਾਏ, ਜਿੱਥੇ ਕਿ ਮਹੀਨਿਆਂ ਦੀ ਧੁੱਖ ਰਹੀ ਅੱਗ 13 ਮਾਰਚ ਸੰਨ 1747 ਨੂੰ ਈਦ ਦੇ ਦਿਨ ਨਮਾਜ਼ ਪੜ੍ਹਨ ਗਿਆ ਈਦਗਾਹ ਵਿੱਚ ਹੀ ਮੱਚ ਉੱਠੀ। ਆਪਣੇ ਬਹੁਤ ਸਾਰੇ ਸਾਥੀ ਕਤਲ ਕਰਵਾ ਕੇ ਯਹੀਆ ਖਾਨ ਭੱਜ ਨਿਕਲਿਆ ਅਤੇ ਜਨਾਨਾ ਹਵੇਲੀ ਵਿੱਚ ਜਾ ਲੁਕਿਆ। ਇੱਥੇ ਹੀ ਸ਼ਾਹ ਨਿਵਾਜ਼ ਨੇ ਉਸ ਨੂੰ ਕੈਦ ਕਰ ਲਿਆ ਅਤੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਸ ਤਰ੍ਹਾਂ ਯਹੀਆ ਖਾਨ ਵੱਲੋਂ ਸਿੰਘਾਂ ਦੀ ਕਤਲਾਮ ਦਾ ਸਮਾਂ ਸਮਾਪਤ ਹੋਇਆ ਅਤੇ 9 ਵਰੇ ਪਿੱਛੋਂ ਖਾਲਸੇ ਨੂੰ ਜ਼ਰਾ ਕੁ ਸਾਹ ਆਇਆ।
ਲਾਹੌਰ ਉੱਤੇ ਕਬਜ਼ਾ ਕਰਦੇ ਹੀ ਸ਼ਾਹ ਨਿਵਾਜ਼ ਖਾਨ ਨੇ ਯਹੀਆ ਖਾਨ ਦੇ ਸਲਾਹੀਏ ਅਤੇ ਨਾਇਬ ਮੀਰ ਮੋਮਨ ਖਾਨ ਕਸੂਰੀਏ, ਵੱਡੇ ਦੀਵਾਨ ਲਖਪਤ ਰਾਏ ਅਤੇ ਹੋਰ ਕਈ ਅਫਸਰਾਂ ਨੂੰ ਕੈਦ ਕਰ ਲਿਆ ਅਤੇ ਉਨ੍ਹਾਂ ਦੇ ਘਰ ਘਾਟ ਤਬਾਹ ਕਰ ਦਿੱਤੇ। ਦੀਵਾਨੀ ਦਾ ਕਲਮਦਾਨ ਕੌੜਾ ਮੱਲ ਦੇ ਹਵਾਲੇ ਕਰਕੇ ਉਸ ਨੂੰ ਵੱਡਾ ਦੀਵਾਨ ਬਣਾ ਦਿੱਤਾ। ਯਹੀਆ ਖਾਨ ਕਸੂਰੀ ਪਠਾਣਾ ਦੀ ਸਹਾਇਤਾ ਨਾਲ ਦਿੱਲੀ ਨੂੰ ਭੱਜ ਗਿਆ ਅਤੇ ਜ਼ਿੰਦਗੀ ਤੋਂ ਇਤਨਾ ਉਪਰਾਮ ਹੋ ਗਿਆ ਕਿ ਦੁਨਿਆਵੀ ਦਾਅਵਿਆਂ ਨੂੰ ਛੱਡ ਛਡਾ ਕੇ ਫਰੂਖਾਬਾਦ ਜਾ ਕੇ ਫਕੀਰ ਹੋ ਗਿਆ ਅਤੇ ਯਹੀਆ ਸ਼ਾਹ ਦਰਵੇਸ਼ ਦੇ ਨਾਂ ਨਾਲ ਪ੍ਰਸਿੱਧ ਹੋਇਆ। ਅੰਤ ਫਰੂਖਾਬਾਦ ਵਿੱਚ ਹੀ ਪ੍ਰਾਣ ਤਿਆਗੇ ਅਤੇ ਦਫ਼ਨ ਹੋਇਆ। ਯਹੀਆ ਖਾਨ ਦੇ ਦਿੱਲੀ ਨੂੰ ਭੱਜ ਜਾਣ ਪਰ ਸ਼ਾਹ ਨਿਵਾਜ਼ ਖਾਨ ਘਬਰਾ ਗਿਆ। ਇਸ ਵੇਲੇ ਦਿੱਲੀ ਦਾ ਵੱਡਾ ਵਜ਼ੀਰ ਕਮਰੂਦੀਨ ਖਾਨ ਸੀ ਜੋ ਜ਼ਕਰੀਆ ਖਾਨ ਦਾ ਚਾਚਾ ਲੱਗਦਾ ਸੀ। ਬਾਦਸ਼ਾਹ ਮੁਹੰਮਦ ਸ਼ਾਹ ਅਤੇ ਵਜ਼ੀਰ ਦੇ ਗੁੱਸੇ ਤੋਂ ਡਰਦੇ ਸ਼ਾਹ ਨਿਵਾਜ਼ ਖਾਨ ਨੇ ਅਹਿਮਦ ਸ਼ਾਹ ਦੁਰਾਨੀ ਨੂੰ, ਜੋ ਨਾਦਰ ਸ਼ਾਹ ਇਰਾਨੀ ਦੇ 8-9 June 1747 ਦੀ ਰਾਤ ਨੂੰ ਕਤਲ ਹੋ ਜਾਣ ਤੋਂ ਬਾਅਦ ਆਜ਼ਾਦ ਅਫਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ ਸੀ, ਹਿੰਦੁਸਤਾਨ ਆਉਣ ਲਈ ਸੱਦ ਭੇਜਿਆ। ਇਹ ਖਬਰ ਸੁਣ ਕੇ ਕਮਰੂਦੀਨ ਨੇ ਸ਼ਾਹ ਨਿਵਾਜ਼ ਨੂੰ ਸਮਝਾ ਬੁਝਾ ਕੇ ਅਤੇ ਮੁਗਲ ਰਾਜ ਲਈ ਆਪਣੇ ਖਾਨਦਾਨ ਦੀ ਪੁਰਾਣੀ ਵਫ਼ਾਦਾਰੀ ਦਾ ਵਾਸਤਾ ਪਾ ਕੇ ਦੁਰਾਨੀ ਨੂੰ ਰੋਕਣ ਅਤੇ ਉਸ ਦਾ ਟਾਕਰਾ ਕਰਨ ਲਈ ਮਨਾ ਲਿਆ। ਪਰ ਅਹਿਮਦ ਸ਼ਾਹ ਨੂੰ ਰੋਕਣਾ ਕੋਈ ਸੌਖੀ ਗੱਲ ਨਹੀਂ ਸੀ। ਜਦ ਦੁਰਾਨੀ 10 January 1748 ਨੂੰ ਰਾਵੀ ਪਾਰ ਕਰ ਆਏ ਅਤੇ ਲਾਹੌਰ ਆ ਪੁੱਜੇ ਤਾਂ ਸ਼ਾਹ ਨਿਵਾਜ਼ ਖਾਨ 11-12 January ਦੀ ਰਾਤ ਨੂੰ ਦਿੱਲੀ ਨੂੰ ਦੌੜ ਗਿਆ। 12 January ਨੂੰ ਅਹਿਮਦ ਸ਼ਾਹ ਦਾ ਲਾਹੌਰ ਪਰ ਕਬਜ਼ਾ ਹੋ ਗਿਆ ਅਤੇ ਇੱਥੇ ਦੀ ਲੁੱਟ ਨੇ ਦੁਰਾਨੀਆਂ ਦੇ ਦਰਿੱਦਰ ਤੋੜ ਦਿੱਤੇ। ਅਹਿਮਦ ਸ਼ਾਹ ਲਾਹੌਰ ਵਿੱਚ 1.25 ਮਹੀਨਾ ਠਹਿਰਿਆ ਅਤੇ ਆਪਣੀ ਜਿੱਤ ਦੀ ਖੁਸ਼ੀ ਵਿੱਚ ਸਿੱਕਾ ਜਾਰੀ ਕੀਤਾ ਜਿਸ ਪਰ ਇਹ ਅੱਖਰ ਸਨ, ਅਰਥਾਤ ਅਹਿਮਦ ਸ਼ਾਹ ਬਾਦਸ਼ਾਹ, ਮੋਤੀਆਂ ਦਾ ਮੋਤੀ, ਟਕਸਾਲ ਰਾਜਧਾਨੀ ਲਾਹੌਰ, ਰਾਜ ਦਾ ਖੁਸ਼ੀਆਂ ਭਰਿਆ ਮੁਬਾਰਕ ਸਾਲ ਪਹਿਲਾ। ਦਿੱਲੀ ਦੀ ਮੁਗਲ ਹਕੂਮਤ ਨਾਲ ਟੱਕਰ ਲੈਣ ਦੀ ਤਿਆਰੀ ਕਰਕੇ ਅਹਿਮਦ ਸ਼ਾਹ ਨੇ ਜੱਲੇ ਖਾਨ ਕਸੂਰੀ ਪਠਾਨ ਨੂੰ ਲਾਹੌਰ ਦਾ ਹਾਕਮ ਨਿਯਤ ਕੀਤਾ, ਮੀਰ ਮੋਮਨ ਖਾਨ ਨੂੰ ਉਸ ਦਾ ਨਾਇਬ ਅਤੇ ਲਖਪਤ ਰਾਏ ਨੂੰ ਦੀਵਾਨ ਅਤੇ ਆਪ 19 February 1748 ਨੂੰ ਲਾਹੌਰੋਂ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ। ਸਿੰਘਾਂ ਦੀਆਂ ਦੁਰਾਨੀਆਂ ਨਾਲ ਟੱਕਰਾਂ, ਨੂਰ ਦੀ ਸਰਾਏ ਅਤੇ ਵੈਰੋਵਾਲ। ਇਸ ਵੇਲੇ ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਤਰਨ ਤਾਰਨ ਸਨ ਅਤੇ ਸਰਦਾਰ ਚਰਤ ਸਿੰਘ, ਕਰੋੜਾ ਸਿੰਘ, ਖੁਸ਼ਹਾਲ ਸਿੰਘ, ਮਿੱਤ ਸਿੰਘ ਡੱਲੇਵਾਲੀਏ ਅਤੇ ਸਰਦਾਰ ਸ਼ਾਮ ਸਿੰਘ ਵੀ ਉੱਥੇ ਸਨ। ਇਹ ਸ਼ਾਇਦ ਇਹ ਵੇਖ ਰਹੇ ਸਨ ਕਿ ਰਾਜ ਦਾ ਪਾਸਾ ਕਿੱਧਰ ਨੂੰ ਬਦਲਦਾ ਹੈ ਅਤੇ ਉਨ੍ਹਾਂ ਦਾ ਕੁਝ ਦਾਓ ਭਰਦਾ ਹੈ ਕਿ ਨਹੀਂ। ਇਤਨੇ ਨੂੰ ਅਹਿਮਦ ਸ਼ਾਹ ਵੀ ਇੱਧਰ ਨੂੰ ਆ ਗਿਆ। ਜਦ ਉਸਨੇ 21-22 January ਨੂੰ ਨੂਰ ਦੀ ਸਰਾਏ ਡੇਰਾ ਕੀਤਾ ਤਾਂ ਸਿੰਘਾਂ ਨੇ ਜਾ ਧਾਵਾ ਬੋਲਿਆ। ਇਸ ਵੇਲੇ ਸ਼ਾਇਦ ਉਹ ਇਤਨਾ ਹੀ ਦੇਖਣਾ ਚਾਹੁੰਦੇ ਸਨ ਕਿ ਦੁਰਾਨੀਆਂ ਦੇ ਲੜਾਈ ਦੇ ਢੰਗ ਅਤੇ ਪੈਂਤੜੇ ਕੀ ਹਨ, ਨਾਲੇ ਜੇ ਕੁਝ ਮਾਲ ਮਤਾ, ਲੜਾਈ ਦਾ ਸਮਾਨ ਜਾਂ ਘੋੜੇ ਆਦਿ ਹੱਥ ਲੱਗ ਜਾਣ ਤਾਂ ਉਹ ਹੀ ਸਹੀ। ਕੋਈ ਡਟਵੀਂ ਲੜਾਈ ਤਾਂ ਉਹ ਇਸ ਵੇਲੇ ਕਰ ਹੀ ਨਹੀਂ ਸਕਦੇ ਸਨ। ਨਾ ਉਹਨਾਂ ਪਾਸ ਦੁਰਾਨੀਆਂ ਵਾਂਗੂ ਕੋਈ ਤੋਪਾ ਸਨ, ਨਾ ਗੋਲੀ ਸਿੱਕਾ। ਇਸ ਲਈ ਜੋ ਹੱਥ ਲੱਗਾ ਉਹ ਹੀ ਲੈ ਕੇ ਲਾਂਭੇ ਹੋ ਗਏ। ਅਗਲੇ ਦਿਨ ਸਿੰਘਾਂ ਨੇ ਵੈਰੋਵਾਲ ਦੇ ਰਾਹ ਵਿੱਚ ਇੱਕ ਝਪਟ ਹੋਰ ਮਾਰੀ ਅਤੇ ਪਿੱਛੇ ਹਟ ਗਏ। ਇਸ ਵੇਲੇ ਅਹਿਮਦ ਸ਼ਾਹ ਨੂੰ ਸਿੰਘਾਂ ਨਾਲ ਰੁੱਝਣ ਦੀ ਨਾ ਹੀ ਵੇਲ ਸੀ ਨਾ ਹੀ ਰੁਚੀ। ਨਾਦਰ ਸ਼ਾਹ ਦੀ ਦਿੱਲੀਓਂ ਵਾਪਸੀ ਵੇਲੇ ਦੇ ਕੀਰਤਪੁਰ, ਆਨੰਦਪੁਰ ਦੀਆਂ ਪਹਾੜੀਆਂ ਵਿੱਚ ਸਿੰਘਾਂ ਵੱਲੋਂ ਕੀਤੇ ਗਏ ਹੱਲਿਆਂ ਦਾ ਉਸ ਨੂੰ ਕੁਝ ਤਜਰਬਾ ਵੀ ਸੀ ਕਿ ਕਿਵੇਂ ਇਹਨਾਂ ਨੇ ਉਸ ਨੂੰ ਘਬਰਾਹਟ ਪਾ ਦਿੱਤੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਦਿੱਲੀ ਤੋਂ ਇੱਕ ਬੜੀ ਵੱਡੀ ਫੌਜ ਮੁਗਲ ਸ਼ਾਹਜ਼ਾਦਾ ਅਹਿਮਦ ਅਤੇ ਵਜ਼ੀਰ ਕਮਰੂਦੀਨ ਦੀ ਅਗਵਾਈ ਹੇਠ ਉਸਦੇ ਟਾਕਰੇ ਲਈ ਚੜ੍ਹੀ ਆ ਰਹੀ ਸੀ। ਇਸ ਲਈ ਉਹ ਸਿੰਘਾਂ ਵੱਲੋਂ ਹੋ ਰਹੀ ਮਾਮੂਲੀ ਖੋਹ ਖਿੰਝ ਦੀ ਪਰਵਾਹ ਨਾ ਕਰਦਾ ਹੋਇਆ ਸਰਹੰਦ ਵੱਲ ਨੂੰ ਰਵਾ ਰਵੀ ਢਾਈ ਕਰੀ ਜਾ ਰਿਹਾ ਸੀ ਤਾਂ ਕਿ ਮੁਗਲ ਫੌਜ ਦੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਕਬਜ਼ਾ ਕਰ ਸਕੇ। ਜਦ ਅਹਿਮਦ ਸ਼ਾਹ ਸਤਲੁਜ ਪਾਰ ਕਰਕੇ ਅੱਗੇ ਨੂੰ ਚਲਾ ਗਿਆ ਤਾਂ ਸਰਦਾਰ ਜੱਸਾ ਸਿੰਘ, ਕਪੂਰ ਸਿੰਘ ਆਦਿ ਤਾਂ ਦੁਆਬੇ ਨੂੰ ਚਲੇ ਗਏ ਅਤੇ ਸਰਦਾਰ ਸੁੱਖਾ ਸਿੰਘ, ਚਰਤ ਸਿੰਘ ਅਤੇ ਦੂਸਰੇ ਬਿਆਸਾ ਪਾਰ ਹੋ ਕੇ ਕਲਾਨੌਰ ਜਾ ਉਤਰੇ। ਕੋਟ ਬੁੱਢਾ, ਕਲਾਨੌਰ ਪਾਸ ਸਿੰਘਾਂ ਅਤੇ ਅਫਗਾਨਾਂ ਦੀ ਝੜਫ। ਦੁਰਾਨੀਆਂ ਉੱਤੇ ਨੂਰ ਦੀ ਸਰਾਏ ਅਤੇ ਵੈਰੋਵਾਲ ਦੇ ਰਾਹੇ ਸਿੰਘਾਂ ਦੀਆਂ ਝਪਟਾਂ ਦੀ ਖਬਰ ਜਦ ਲਾਹੌਰ ਪੁੱਜੀ ਤਾਂ ਜਲੇ ਖਾਨ ਕਸੂਰੀਏ ਨਾਲ ਸਲਾਹ ਕਰਕੇ ਲਖਪਤ ਰਾਏ ਨੂੰ ਸਿੰਘਾਂ ਵਿਰੁੱਧ ਫੌਜ ਭੇਜਣ ਦਾ ਚੰਗਾ ਬਹਾਨਾ ਬਣ ਗਿਆ।
ਉਸਨੇ ਲਾਹੌਰ ਵਿੱਚ ਟਿਕੇ ਹੋਏ ਅਫਗਾਨੀ ਦਸਤੇ ਨੂੰ ਮੋਮਨ ਖਾਨ ਦੇ ਨਾਲ ਤੋਰ ਦਿੱਤਾ, ਜੋ ਕਲਾ ਨੌਰ ਦੇ ਪਾਸ ਕੋਟ ਬੁੱਢੇ ਦੇ ਲਾਗੇ ਸਰਦਾਰ ਸੁੱਖਾ ਸਿੰਘ ਅਤੇ ਚੜਤ ਸਿੰਘ ਦੇ ਜਥੇ ਦੇ ਨਜ਼ਦੀਕ ਜਾ ਟੁਕਾ। ਇਤਨੇ ਨੂੰ ਸਿੰਘ ਦਰਿਆਓ ਪਾਰ ਟੱਪ ਗਏ। ਸ਼ਿਕਾਰ ਹੱਥੋਂ ਨਿਕਲ ਗਿਆ ਦੇਖ ਕੇ ਅਫਗਾਨ ਬੜੇ ਛਿੱਤੇ ਪਏ, ਪਰ ਹੁਣ ਬਣ ਕੀ ਸਕਦਾ ਸੀ। ਪਰ ਮੋਮਨ ਖਾਨ ਸਿੱਖਾਂ ਦੀ ਖੋਹ ਦਾ ਵਾਕਫ ਸੀ ਅਤੇ ਸਮਝਦਾ ਸੀ ਕਿ ਜੇ ਇਹਨਾਂ ਦੀ ਗੈਰਤ ਨੂੰ ਵੰਗਾਰਿਆ ਜਾਏ ਤਾਂ ਇਹ ਥੋੜਿਆਂ ਬਹੁਤਿਆਂ ਅਤੇ ਨਫੇ ਨੁਕਸਾਨ ਦੀਆਂ ਸੋਚਾਂ ਵਿਚਾਰਾਂ ਨੂੰ ਲਾਂਬੇ ਰੱਖ ਕੇ ਮੈਦਾਨ ਵਿੱਚ ਆ ਡਟਦੇ ਹਨ। ਇਹ ਮਿੱਥ ਕੇ ਅਫਗਾਨ ਅਫਸਰ ਵੱਲੋਂ ਸਿੰਘਾਂ ਨੂੰ ਚਿੱਠੀ ਲਿਖਾਈ ਕਿ ਅਸੀਂ ਅਫਗਾਨ ਅਹਿਮਦ ਸ਼ਾਹ ਬਾਦਸ਼ਾਹ ਦੇ ਭਾਈ ਬੰਦ ਹਾਂ ਅਤੇ ਤੁਹਾਡੀ ਲੜਾਈ ਵੇਖਣ ਆਏ ਸਾਂ, ਪਰ ਤੁਸੀਂ ਤਾਂ ਪਹਿਲਾਂ ਹੀ ਦੌੜ ਗਏ ਹੋ। ਜੇ ਸੱਚਮੁੱਚ ਦੇ ਸਿੰਘ ਹੋ ਤਾਂ ਸਾਡੇ ਨਾਲ ਦੋ ਹੱਥ ਕਰ ਵੇਖੋ ਅਤੇ ਇੱਕ ਇੱਕ ਦੁਰਾਨੀ ਨਾਲ ਦੋ ਦੋ ਸਿੰਘ ਲੜ ਲਓ। ਸਿੰਘਾਂ ਨੇ ਉੱਤਰ ਭੇਜਿਆ ਕਿ ਤੁਹਾਡੇ ਸਾਡੇ ਜੰਗ ਦਾ ਤਾਂ ਸਵਾਦ ਹੈ ਕਿ ਤੁਹਾਡੀ ਵੱਲੋਂ 10 ਦੁਰਾਨੀ ਬੰਦੂਕਾਂ ਤਲਵਾਰਾਂ ਲੈ ਕੇ ਆਉਣ ਅਤੇ ਇਧਰੋਂ ਕੇਵਲ 5 ਭੁਜੰਗੀ ਸਿੰਘ ਰਾਮ ਜੰਗੇ ਬੰਦੂਕਾਂ ਅਤੇ ਢਾਲਾਂ ਤਲਵਾਰਾਂ ਲੈ ਕੇ ਨਿਤਰਨਗੇ। ਅਫਗਾਨਾਂ ਵੱਲੋਂ ਉੱਤਰ ਆਇਆ ਕਿ ਸਾਨੂੰ ਬੰਦੂਕ ਦੀ ਲੜਾਈ ਪ੍ਰਵਾਨ ਨਹੀਂ, ਅਸੀਂ ਕੇਵਲ ਸ਼ਮਸ਼ੇਰਾਂ ਕਟਾਰਾਂ ਨਾਲ ਲੜਨਾ ਚਾਹੁੰਦੇ ਹਾਂ। ਸਿੰਘਾਂ ਨੇ ਜਵਾਬ ਦੇ ਘੱਲਿਆ ਕਿ ਅਸੀਂ ਤਾਂ ਬੰਦੂਕਾਂ ਦੀ ਲੜਾਈ ਲੜਾਂਗੇ, ਪਰ ਗੱਲ ਕਿਸੇ ਸਿਰ ਨਾ ਲੱਗੀ। ਸਿੰਘ ਬੰਦੂਕ ਦੀ ਲੜਾਈ ਪਰ ਅੜੇ ਰਹੇ ਅਤੇ ਅਫਗਾਨ ਤਲਵਾਰ ਨਾਲ ਹੀ ਲੜਨਾ ਚਾਹੁੰਦੇ ਸਨ। ਗੱਲ ਇਹ ਸੀ ਕਿ ਦੁਰਾਨੀ ਜ਼ਰਾ ਬਖਤਰ ਨਾਲ ਢਕੇ ਹੋਏ ਸਨ, ਉਹਨਾਂ ਦੇ ਸਿਰੀ ਖੋਦਾ ਪਾਈਆਂ ਹੋਈਆਂ ਅਤੇ ਪਿੰਡੇ ਸੰਜੋਇਆ ਨਾਲ ਮੜੇ ਹੋਏ ਸਨ, ਤੇੜ ਲੋਹੇ ਦੀਆਂ ਸੁਥਨੀਆਂ ਚਾੜੀਆਂ ਹੋਈਆਂ ਸਨ। ਦੂਸਰੇ ਪਾਸੇ ਸਿੰਘਾਂ ਦੇ ਤਨ ਤੇ ਕੱਪੜਾ ਵੀ ਪੂਰਾ ਕਿਸੇ ਦੇ ਹੀ ਸੀ, ਇਸ ਲਈ ਦੁਰਾਨੀ ਮੁੜ ਮੁੜ ਤਲਵਾਰ ਦੀ ਲੜਾਈ ਪਰ ਜ਼ੋਰ ਦੇ ਰਹੇ ਸਨ। ਇਸ ਤੋਂ ਬਿਨਾਂ ਸਿੰਘਾਂ ਦੇ ਬੰਦੂਕ ਦੇ ਨਿਸ਼ਾਨੇ ਦੀ ਦੂਰ ਦੂਰ ਤੱਕ ਧਾਕ ਪਈ ਹੋਈ ਸੀ ਅਤੇ ਸੈਯਦ ਗੁਲਾਮ ਅਲੀ ਦੇ ਇਮਾਦ ਸਾਦਤ ਵਿੱਚ ਕਥਨ ਅਨੁਸਾਰ ਉਹਨਾਂ ਦੀ ਬੰਦੂਕ 900 ਕਦਮ ਤੇ ਆਦਮੀ ਦੀ ਜਾ ਖਬਰ ਲੈਂਦੀ ਸੀ। ਦੂਸਰੇ ਦਿਨ ਇੱਕ ਅੱਖੜ ਜਿਹਾ ਹਰਕਾਰਾ ਆਇਆ ਤੇ ਕਹਿਣ ਲੱਗਾ ਕਿ ਜੇ ਤੁਹਾਡੇ ਵਿੱਚ ਕੋਈ ਮਰਦ ਹੈ ਤਾਂ ਇਕੱਲਾ ਇਕੱਲਾ ਆ ਕੇ ਤਲਵਾਰ ਨਾਲ ਹੱਥ ਕਰ ਵੇਖੋ, ਤੁਹਾਨੂੰ ਗੁਰੂ ਦੀ ਸੁਗੰਧ ਹੈ। ਜੇ ਤੁਸੀਂ ਸਾਡੇ ਨਾਲ ਜਵਾਨਾਂ ਵਾਂਗ ਆ ਕੇ ਦੋ ਹੱਥ ਨਾ ਕਰੋ। ਅਤੇ ਉਸਨੇ ਇਕੱਲੇ ਇਕੱਲੇ ਸਿੰਘ ਸਰਦਾਰਾਂ ਦੇ ਨਾਂ ਲੈ ਕੇ ਤਤਕਾਰਨਾ ਸ਼ੁਰੂ ਕਰ ਦਿੱਤਾ। ਇਹ ਸੁਣ ਕੇ ਚੜਤ ਸਿੰਘ ਨੂੰ ਰੋਹ ਚੜ ਗਿਆ, ਬੰਦੂਕ ਪਰੇ ਰੱਖ ਦਿੱਤੀ ਅਤੇ ਖੰਡਾ ਫੜ ਕੇ ਦੁਰਾਨੀਆਂ ਦੇ ਟਾਕਰੇ ਲਈ ਤੁਰ ਪਿਆ। ਜਦ ਸਰਦਾਰ ਸੁੱਖਾ ਸਿੰਘ ਨੇ ਚੜਤ ਸਿੰਘ ਨੂੰ ਇਸ ਤਰ੍ਹਾਂ ਤਿਆਰ ਹੋ ਪਿਆ ਡਿੱਠਾ ਤਾਂ ਘੋੜਾ ਛੱਡ ਕੇ ਉਸਨੂੰ ਜਾ ਰੋਕਿਆ ਅਤੇ ਆਖਿਆ ਕਿ ਤੂੰ ਹਾਲ ਤੱਕ ਮੁੰਡਾ ਹੈ, ਇਹਨਾਂ ਵਿੱਚੋਂ ਹਰ ਇੱਕ ਦੁਰਾਨੀ ਤੇਰੇ ਸਰੀਰ ਨਾਲੋਂ ਚੋਗਣਾ ਹੈ, ਉਹਨਾਂ ਦੇ ਸੰਜੋ ਦੀ ਇੱਕ ਕੜੀ ਵੀ ਸ਼ਾਇਦ ਤੂੰ ਨਾ ਤੋੜ ਸਕੇ। ਦੁਰਾਨੀ ਤਾਂ ਕੀ, ਉਹਨਾਂ ਦੇ ਘੋੜੇ ਵੀ ਲੋਹੇ ਨਾਲ ਮੜੇ ਹੋਏ ਨੇ ਅਤੇ ਇਸੇ ਜ਼ੋਰ ਤੇ ਉਹ ਤਲਵਾਰ ਨਾਲ ਲੜਨਾ ਚਾਹੁੰਦੇ ਹਨ। ਚੜਤ ਸਿੰਘ ਨੇ ਉੱਤਰ ਦਿੱਤਾ ਕਿ ਮੈਂ ਮੰਨਦਾ ਹਾਂ ਕਿ ਮੈਂ ਬਾਲਕ ਹਾਂ, ਪਰ ਜਿਉਂਦੇ ਜੀ ਇਹਨਾਂ ਕੰਨਾਂ ਨਾਲ ਪੰਥ ਦੀ ਹੇਠੀ ਦੀ ਗੱਲ ਨਹੀਂ ਸੁਣ ਸਕਦਾ। ਪੰਥ ਦੀ ਸ਼ਾਨ ਲਈ ਮੈਂ ਇਸ ਵੇਲੇ ਲੜ ਕੇ ਪ੍ਰਾਣ ਤਿਆਗ ਦੇਣਾ ਚੰਗਾ ਸਮਝਦਾ ਹਾਂ। ਜਿੱਤ ਹਾਰ ਜਾਂ ਮਰਨਾ ਮਾਰਨਾ ਤਾਂ ਸਤਿਗੁਰੂ ਦੇ ਹੱਥ ਹੈ, ਪਰ ਉੱਦਮ ਕਰਨਾ ਸਿੰਘ ਦਾ ਧਰਮ ਹੈ ਅਤੇ ਸਤਿਗੁਰੂ ਦੇ ਪ੍ਰਤਾਪ ਨਾਲ ਮੈਂ ਪਠਾਣਾ ਨੂੰ ਮਾਰ ਪਛਾੜਾਂਗਾ। ਇਹ ਸੁਣ ਕੇ ਸੁੱਖਾ ਸਿੰਘ ਨੇ ਕਿਹਾ ਕਿ ਧੰਨ ਹੈ ਮੁੰਡਿਆਂ ਤੂੰ, ਪਰ ਹੁਣ ਤੂੰ ਖੜੋ ਕੇ ਸਾਡੀ ਚਾਲ ਵੇਖ। ਇਹ ਕਹਿ ਕੇ ਸੁੱਖਾ ਸਿੰਘ ਨੇ ਸੰਜੋ ਅਤੇ ਦਸਤਾਨੇ ਸਜਾਏ, ਸਿਰ ਤੇ ਖੋਦ ਟਿਕਾਈ ਅਤੇ ਘੋੜੇ ਉੱਤੇ ਉਹ ਪਾਖਰ ਪਾਈ ਜੋ ਗਿਲਜਈਆਂ ਪਾਸੋਂ ਖੋਈ ਹੋਈ ਸੀ ਅਤੇ ਦੋ ਸਰੋਹੀਆਂ ਗਾਤਰੇ ਸਜਾ ਕੇ ਢਾਲਾ ਲੈ ਕੇ ਤਿਆਰ ਹੋ ਗਿਆ। ਪੰਜਾ ਸਿੰਘ ਨੇ ਅਰਦਾਸ ਕੀਤੀ ਅਤੇ ਸੁੱਖਾ ਸਿੰਘ ਨੇ ਮੱਥਾ ਟੇਕ ਕੇ ਚਾਲੇ ਪਾਏ ਅਤੇ ਦਰਿਆ ਦੀ ਬਰੇਤੀ ਵਿੱਚ ਜਾ ਦੁਰਾਨੀਆਂ ਨੂੰ ਲਲਕਾਰਿਆ। ਉਧਰੋਂ ਵੀ ਇੱਕ ਡਾਢਾ ਜਿਹਾ ਦੁਰਾਨੀ ਆ ਨਿਕਲਿਆ, ਲੜਾਈ ਸ਼ੁਰੂ ਹੋ ਪਈ। ਦੋਨਾਂ ਦਾ ਬਰਾਬਰ ਦਾ ਜੋੜ ਸੀ, ਲੜਦੇ ਲੜਦੇ ਤੇਗਿਆਂ ਨਾਲ ਦੋਨੋਂ ਜ਼ਖਮੀ ਹੋ ਗਏ ਅਤੇ ਉਹਨਾਂ ਦੇ ਘੋੜੇ ਵੀ ਨਿਡਾਲ ਹੋ ਗਏ। ਇੱਕ ਵਾਰੀ ਜਦ ਦੋਨੇ ਸੂਰਮੇ ਬਹੁਤ ਲਾਗੇ ਹੋ ਗਏ ਤਾਂ ਜੱਫਮ ਜੱਫੀ ਹੋਏ ਦੋਨੋਂ ਜ਼ਮੀਨ ਤੇ ਆ ਡਿੱਗੇ। ਇਸ ਵੇਲੇ ਸੁੱਖਾ ਸਿੰਘ ਨੂੰ ਇੱਕ ਦਾਓ ਫੁਰ ਆਇਆ, ਉਸਨੇ ਗਿੱਚੀ ਉਠਾਈ ਅਤੇ ਦੁਰਾਨੀ ਦਾ ਸੰਜੋ ਚੁੱਕ ਕੇ ਕਟਾਰ ਉਸਦੇ ਢਿੱਡ ਵਿੱਚ ਠੋਕ ਦਿੱਤੀ। ਦੁਰਾਨੀ ਨੂੰ ਮਾਰ ਕੇ ਸੁੱਖਾ ਸਿੰਘ ਨੇ ਗੱਜ ਕੇ ਫਤਿਹ ਬੁਲਾਈ। ਜੈਕਾਰਾ ਛੁੱਟਣ ਦੀ ਦੇਰ ਸੀ ਕਿ ਸਾਹਮਣੇ ਦੇਖ ਰਹੇ ਦੁਰਾਨੀਆਂ ਨੇ ਗੁੱਸੇ ਵਿੱਚ ਆ ਕੇ ਹੱਲਾ ਬੋਲ ਦਿੱਤਾ। ਇੱਧਰ ਖਾਲਸਾ ਵੀ ਤਿਆਰ ਬਰ ਤਿਆਰ ਖੜਾ ਸੀ। ਚਰਤ ਸਿੰਘ ਨੇ ਛੂਟ ਵੱਟ ਕੇ ਘੋੜਾ ਬੇਤਰੀ ਵੱਲ ਅੱਗੇ ਕੀਤਾ ਅਤੇ ਸੁੱਖਾ ਸਿੰਘ ਨੂੰ ਬਾਹੋਂ ਫੜ ਕੇ ਘੋੜੇ ਤੇ ਚੜਾ ਕੇ ਉਰਾਰ ਲੈ ਆਂਦਾ। ਜਿਹੜੇ ਦੁਰਾਨੀ ਹੱਲਾ ਕਰਕੇ ਅੱਗੇ ਵਧੇ ਸਨ ਉਹਨਾਂ ਨੂੰ ਸਿੰਘ ਮਾਰ ਮਾਰ ਕੇ ਪਿੱਛੇ ਹਟਾ ਦਿੱਤਾ।
ਮਾਣੂਪੁਰ ਵਿੱਚ ਦੁਰਾਨੀਆਂ ਨੂੰ ਹਾਰ। 1 ਮਾਰਚ ਸੰਨ 1748 ਨੂੰ ਅਹਿਮਦ ਸ਼ਾਹ ਨੇ ਸਤਲੁਜ ਪਾਰ ਕੀਤਾ ਅਤੇ 40 ਮੀਲ ਦਾ ਪੰਧ ਮਾਰ ਕੇ ਦੂਸਰੇ ਦਿਨ ਸਰਹੰਦ ਆ ਪੁੱਜਾ। ਅੱਗੋਂ ਬਹੁਤ ਟਾਕਰਾ ਨਾ ਹੋਣ ਕਰਕੇ ਸ਼ਾਹ ਦਾ ਸੌਖੇ ਹੀ ਉੱਥੇ ਕਬਜ਼ਾ ਹੋ ਗਿਆ ਅਤੇ ਵਜ਼ੀਰ ਕਮਰੂਦੀਨ ਦਾ ਮਾਲ ਮਤਾ, ਖਜ਼ਾਨਾ ਅਤੇ ਟੱਬਰ ਟੀਰ ਉਸਦੇ ਹੱਥ ਆ ਗਿਆ। ਦੁਰਾਨੀ ਦਾ ਟਾਕਰਾ ਕਰਨ ਆਈ ਮੁਗਲ ਫੌਜ ਦਾ ਮੋਰੀ, ਦਿੱਲੀ ਦਾ ਵੱਡਾ ਵਜ਼ੀਰ ਕਮਰੂਦੀਨ, ਇੱਥੇ ਪਹਿਲਾਂ ਹੀ ਪਹੁੰਚ ਚੁੱਕਾ ਸੀ ਅਤੇ ਆਪਣਾ ਵਾਧੂ ਸਮਾਨ ਆਦਿ ਇੱਥੇ ਸਰਹੰਦ ਛੱਡ ਕੇ ਦੁਰਾਨੀਆਂ ਨੂੰ ਰੋਕਣ ਲਈ ਮਾਛੀਵਾੜੇ ਨੂੰ ਤੁਰ ਗਿਆ ਸੀ। ਪਰ ਇਤਨੇ ਨੂੰ ਅਹਿਮਦ ਸ਼ਾਹ ਦੂਸਰੇ ਪਤਨੋਂ ਲੰਘ ਕੇ ਸਰਹੰਦ ਜਾ ਪੁੱਜਾ। ਇਹ ਖਬਰ ਪੁੱਜਣ ਪਰ ਵਜ਼ੀਰ ਕਮਰੂਦੀਨ, ਸ਼ਾਹਜ਼ਾਦਾ ਅਹਿਮਦ ਅਤੇ ਵਜ਼ੀਰ ਦਾ ਪੁੱਤਰ ਮੀਰ ਮੁਈਨ ਦੀਨ, ਪ੍ਰਸਿੱਧ ਮੀਰ ਮੰਨੂ ਸਣੇ ਫੌਜ ਦੇ ਧਾਈ ਕਰਕੇ ਸਰਹੰਦ ਵੱਲ ਆ ਪਏ ਅਤੇ ਸਰਹੰਦੋਂ 5 ਕੁ ਕੋਹ ਤੇ ਪਿੰਡ ਮਾਣੂਪੁਰ ਕੋਲ ਆ ਡੇਰੇ ਲਾਏ। ਦੋਹਾਂ ਫੌਜਾਂ ਵਿੱਚ ਛੋਟੀਆਂ ਛੋਟੀਆਂ ਝੜਫਾਂ ਹੋਣੀਆਂ ਤਾਂ ਝੱਟ ਹੀ ਸ਼ੁਰੂ ਹੋ ਗਈਆਂ, ਪਰ ਗਹਿ ਗੱਚ ਲੜਾਈ 11 ਮਾਰਚ ਨੂੰ ਹੋਈ, ਜਦਕਿ ਛਾ ਵੇਲੇ ਦੀ ਨਮਾਜ਼ ਪੜ੍ਹ ਰਹੇ ਵਜ਼ੀਰ ਕਮਰੂਦੀਨ ਨੂੰ ਦੁਰਾਨੀਆਂ ਦਾ ਇੱਕ ਗੋਲਾ ਆਪ ਵੱਜਾ। ਪਿਓ ਦੀ ਲੋਥ ਨੂੰ ਸਰਾਣਿਆਂ ਦੇ ਸਹਾਰੇ ਬੈਠੇ ਹੋਏ ਹੋਣ ਦੀ ਪੁਜੀਸ਼ਨ ਵਿੱਚ ਹਾਥੀ ਉੱਤੇ ਰੱਖ ਕੇ ਉਸਦੇ ਪੁੱਤਰ ਮੀਰ ਮੰਨੂ ਨੇ ਦੁਰਾਨੀਆਂ ਉੱਤੇ ਹੱਲਾ ਕਰ ਦਿੱਤਾ ਅਤੇ ਬੜੀ ਬਹਾਦਰੀ ਨਾਲ ਲੜਦੇ ਹੋਏ ਵੈਰੀ ਦੇ ਪੈਰ ਹਿਲਾ ਦਿੱਤੇ। ਲੜਾਈ ਬੜੇ ਜ਼ੋਰਾਂ ਦੀ ਹੋ ਰਹੀ ਸੀ ਕਿ ਦੁਰਾਨੀਆਂ ਦੇ ਮੰਦੇ ਭਾਗਾਂ ਨੂੰ ਅੱਗ ਦੀ ਇੱਕ ਚਿੰਗਿਆੜੀ ਆਤਿਸ਼ਬਾਜ਼ੀ ਦੇ ਬਾਣਾਂ ਨਾਲ ਭਰੇ ਹੋਏ ਇੱਕ ਗੱਡੇ ਉੱਤੇ ਆ ਡਿੱਗੀ, ਜੋ ਕਿ ਉਹ ਲਾਹੌਰੋਂ ਫੜ ਕੇ ਲਿਆਏ ਸਨ। ਅੱਗ ਪੈ ਜਾਣ ਨਾਲ ਬਾਣ ਚੱਲਣ ਲੱਗ ਪਏ, ਜਿਸ ਨਾਲ ਹੋਰ ਗੱਡਿਆਂ ਦੇ ਬਾਣਾਂ ਨੂੰ ਵੀ ਅੱਗ ਜਾ ਲੱਗੀ। ਇਸ ਤਰ੍ਹਾਂ ਹਜ਼ਾਰਾਂ ਬਾਣ ਅਸਮਾਨ ਵਿੱਚ ਉੜ ਉੜ ਕੇ ਚੱਲਣ ਲੱਗ ਪਏ। ਇਹਨਾਂ ਦੇ ਉੜਨ ਵੇਲੇ ਹੁੰਦੀ ਸ਼ਾਹ ਸ਼ੂ ਸ਼ੂਕ ਦੀ ਆਵਾਜ਼ ਪਠਾਣਾਂ ਨੂੰ ਇਉਂ ਜਾਪਣ ਲੱਗ ਪਈ ਜਿਵੇਂ ਕਿ ਇਹ ਕਹਿ ਰਹੀ ਹੋਵੇ ਕਿ ਸ਼ਾਹ ਕੂ ਸ਼ਾਹ ਕੂ ਸ਼ਾਹ ਕੁਜਾ ਸ਼ਾਹ ਕੁਜਾ, ਬਾਦਸ਼ਾਹ ਕਿੱਥੇ ਹੈ, ਬਾਦਸ਼ਾਹ ਕਿੱਥੇ ਹੈ। ਵੈਵੀਂ ਪਠਾਣਾਂ ਨੇ ਇਹ ਸਮਝਿਆ ਕਿ ਇਹ ਕੋਈ ਬਲਾ ਹੈ ਜੋ ਹਿੰਦੁਸਤਾਨ ਤੋਂ ਆਈ ਹੈ ਅਤੇ ਕਹਿ ਰਹੀ ਹੈ ਕਿ ਬਾਦਸ਼ਾਹ ਕਿੱਥੇ ਹੈ, ਬਾਦਸ਼ਾਹ ਕਿੱਥੇ ਹੈ, ਅਤੇ ਬਾਦਸ਼ਾਹ ਅਹਿਮਦ ਸ਼ਾਹ ਨੂੰ ਟੋਲ ਰਹੀ ਹੈ। ਇਸ ਨਾਲ ਉਹਨਾਂ ਦੀਆਂ ਕਤਾਰਾਂ ਵਿੱਚ ਭਗਦੜ ਮੱਚ ਗਈ ਅਤੇ ਉਹ ਸਾਰੀ ਪਾਸੀ ਭੱਜ ਉੱਠੇ। ਇਸ ਵੇਲੇ ਮੀਰ ਮੰਨੂ ਦੀ ਫੌਜ ਦੇ ਸਰਦਾਰ ਸਫਦਰ ਜੰਗ ਦੇ ਹੱਲਿਆਂ ਨੇ ਉਹਨਾਂ ਦੇ ਮੁੜ ਪੈਰ ਲੱਗਣੇ ਹੋਰ ਔਖੇ ਕਰ ਦਿੱਤੇ। ਅਹਿਮਦ ਸ਼ਾਹ ਨਿਰਾਸ਼ ਹੋ ਕੇ ਸਰਹੰਦ ਨੂੰ ਮੁੜ ਗਿਆ। ਹੁਣ ਉਸਨੇ ਸੁਲਾਹ ਲਈ ਯਤਨ ਆਰੰਭੇ, ਪਰ ਸ਼ਾਹਜ਼ਾਦਾ ਅਹਿਮਦ ਉਸਦੀ ਕੋਈ ਗੱਲ ਵੀ ਮੰਨਣ ਨੂੰ ਤਿਆਰ ਨਾ ਹੋਇਆ। ਇਸ ਕਰਕੇ ਅਹਿਮਦ ਸ਼ਾਹ ਲਈ ਹੁਣ ਦੇਸ਼ ਨੂੰ ਮੁੜ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। 17 ਮਾਰਚ ਨੂੰ ਅਹਿਮਦ ਸ਼ਾਹ ਨੇ ਸਰਹੰਦੋਂ ਅੰਤਮ ਕੂਚ ਕੀਤਾ ਅਤੇ ਬਿਨਾਂ ਬਹੁਤਾ ਚਿਰ ਲਾਹੌਰ ਠਹਿਰਨ ਦੇ ਕੰਧਾਰ ਨੂੰ ਮੁੜ ਗਿਆ। ਅਹਿਮਦ ਸ਼ਾਹ ਦੇ ਲਾਹੌਰੋਂ ਤੁਰਨ ਦੀ ਦੇਰ ਸੀ ਕਿ ਸਰਦਾਰ ਚਰਤ ਸਿੰਘ ਨੂੰ ਦੁਰਾਨੀਆਂ ਦਾ ਪਿੱਛਾ ਮਾਰਨ ਦਾ ਚੰਗਾ ਮੌਕਾ ਹੱਥ ਲੱਗ ਗਿਆ। ਚਨਾਹ ਦੇ ਕੰਢੇ ਤੇ ਉਸ ਨੂੰ ਚੌਖਾ ਮਾਲ ਅਤੇ ਘੋੜੇ ਹੱਥ ਆ ਗਏ ਅਤੇ ਉਹ ਅਟਕ ਤੱਕ ਦੁਰਾਨੀਆਂ ਨੂੰ ਦੱਬੀ ਗਿਆ। ਇਸ ਦੇ ਦੋ ਫਾਇਦੇ ਹੋਏ, ਇੱਕ ਤਾਂ ਜਾਂਦੀ ਵਾਰੀ ਦੁਰਾਨੀ ਕਿਧਰੇ ਲੁੱਟਮਾਰ ਨਾ ਕਰ ਸਕੇ ਅਤੇ ਦੇਸ਼ ਉਹਨਾਂ ਦੇ ਹੱਥੋਂ ਉਜੜਨ ਤੋਂ ਬਚ ਗਿਆ। ਦੂਸਰੇ, ਸਰਦਾਰ ਚਰਤ ਸਿੰਘ ਦਾ ਵੀਰਤਾ ਦਾ ਇਸ ਇਲਾਕੇ ਉੱਤੇ ਰੋਹਬ ਸੌਖਾ ਹੋ ਗਿਆ। ਅਧਿਆਇ 7, ਸਿੰਘਾਂ ਦਾ ਸ੍ਰੀ ਅੰਮ੍ਰਿਤਸਰ ਪਰ ਕਬਜ਼ਾ। ਰਾਜਾ ਗੁਰਦਿੱਤ ਮੱਲ ਨੂੰ ਭਾਂਜ। ਕਲਾਨੌਰ ਕੋਟ ਬੁੱਢਾ ਪਾਸ ਹੋਈ ਝੜਫ ਤੋਂ ਬਾਅਦ ਸਰਦਾਰ ਜੱਸਾ ਸਿੰਘ ਅਤੇ ਦੂਸਰੇ ਸਿੰਘ ਸਰਦਾਰ ਚਰਤ ਸਿੰਘ ਸ਼ੁਕਰ ਚੱਕੀਆ, ਜੈ ਸਿੰਘ ਕਨਈਆ, ਹਰੀ ਸਿੰਘ ਆਦਿ ਚੜ੍ਹਦੇ ਉੱਤਰ ਨੂੰ ਪਠਾਨਕੋਟ ਦੇ ਚੜ੍ਹਦੇ ਨੂਰਪੁਰ ਜਾ ਪੁੱਜੇ। ਨੂਰਪੁਰ ਦੇ ਰਾਜੇ ਨੇ ਇਹਨਾਂ ਦੀ ਸੌਖੇ ਹੀ ਈਨ ਮੰਨ ਲਈ ਅਤੇ ਲੰਗਰ ਲਈ ਕੁਝ ਗੱਫਾ ਦੇ ਕੇ ਮਿੱਤਰਾਨਾ ਗੰਢ ਲਿਆ। ਇਸ ਵੇਲੇ ਇਸ ਪਹਾੜ ਦੀ ਕੰਢੀ ਦਾ ਫੌਜਦਾਰ ਰਾਜਾ ਗੁਰਦਿੱਤ ਮੱਲ ਸੀ, ਜਿਸ ਨੂੰ ਲਾਹੌਰ ਦੇ ਦੀਵਾਨ ਲਖਪਤ ਰਾਏ ਨੇ ਸਿੰਘਾਂ ਪਰ ਹੱਲਾ ਕਰਨ ਦਾ ਹੁਕਮ ਭੇਜਿਆ ਹੋਇਆ ਸੀ। ਸਦਰਾ ਬਦਰਾ ਪਿੰਡਾਂ ਪਾਸ ਦੋਹਾਂ ਦੀ ਰੋਬਕਾਰੀ ਹੋ ਪਈ। ਗੁਰਦਿੱਤ ਮੱਲ ਪਾਸ ਆਪਣੀ 5,000 ਸਵਾਰ ਅਤੇ 7,000 ਪਿਆਦਾ ਫੌਜ ਤੋਂ ਇਲਾਵਾ ਰਣਜੀਤ ਦੇਵ ਜੰਮੂ ਵਾਲੀਏ, ਜਸਰੋਟੀਏ ਅਤੇ ਮਣਕੋਟੀਏ ਡੋਗਰਿਆਂ ਦੀ ਫੌਜ ਵੀ ਸੀ। ਸਿੰਘ ਕੇਵਲ 2,000 ਹੀ ਸਨ। ਇਸ ਲਈ ਜਦ ਸਰਦਾਰ ਹਰੀ ਸਿੰਘ ਦੇ ਕਹਿਣ ਅਨੁਸਾਰ ਬੰਦੂਕਾਂ ਨਾਲ ਟਾਕਰਾ ਪੂਰਾ ਨਾ ਹੁੰਦਾ ਦੱਸਿਆ ਤਾਂ ਜੱਸਾ ਸਿੰਘ ਨੇ ਹੋਰ ਸਰਦਾਰਾਂ ਨਾਲ ਗੁਰਮਤਾ ਕਰਕੇ ਤਲਵਾਰਾਂ ਦੀ ਲੜਾਈ ਦੀ ਧਾਰੀ। ਬੰਦੂਕਾਂ ਚਲਾਉਂਦੇ ਹੌਲੀ ਹੌਲੀ ਲਾਗੇ ਟੁੱਕ ਗਏ ਅਤੇ ਫੇਰ ਅਚਾਨਕ ਹੱਲਾ ਕਰਕੇ ਉਹਨਾਂ ਵਿੱਚ ਰਲ ਗਏ ਅਤੇ ਭਗੌਤੀਆਂ ਸੂਤ ਕੇ ਲੱਗ ਪਏ ਵਾਢੀ ਕਰਨ। ਇਸ ਨਾਲ ਵੈਰੀ ਦੇ ਪੈਰ ਉੱਖੜ ਗਏ। ਰਾਜਾ ਗੁਰਦਿੱਤ ਮੱਲ ਮੁਸ਼ਕਲ ਨਾਲ ਜਾਨ ਬਚਾ ਕੇ ਨਿਕਲ ਸਕਿਆ। ਸਿੰਘਾਂ ਨੇ ਉਸਦਾ ਡੇਰਾ ਲੁੱਟ ਲਿਆ ਅਤੇ ਉਹ ਬਿਨਾਂ ਅੱਗਾ ਪਿੱਛਾ ਡਿੱਠੇ
ਦੇ ਜੰਮੂ ਜਾ ਵੜਿਆ। ਇਹ ਗੱਲ ਮਾਰਚ ਸੰਨ 1748 ਦੇ ਦੂਸਰੇ ਹਫ਼ਤੇ ਦੀ ਹੈ, ਜਦਕਿ ਅਹਿਮਦ ਸ਼ਾਹ ਦੁਰਾਨੀ ਨੂੰ ਮਾਣੂਪੁਰ ਦੀ ਲੜਾਈ ਵਿੱਚ ਹਾਰ ਹੋ ਗਈ ਸੀ ਅਤੇ ਉਹ ਅਫਗਾਨਿਸਤਾਨ ਨੂੰ ਮੁੜਨ ਦੀਆਂ ਤਿਆਰੀਆਂ ਕਰ ਰਿਹਾ ਸੀ। ਹੁਣ ਤੱਕ ਅਸੀਂ ਇਸ ਕਿਤਾਬ ਦੇ 65 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।